ਪੁੱਛਦੇ ਨੇ ਲੋਕ ਸ਼ਾਇਰੀ ਕਿਵੇਂ ਫੁਰਦੀ ਮੈਂ ਕਮਾਂ ਇਹ ਤਾਂ ਰਹਿੰਦੀ ਨਾਲ-ਨਾਲ ਤੁਰਦੀ ਅੰਮੀ ਨੇ ਮੇਰੀ ਦੁਆਵਾਂ ਸੀ ਕੀਤੀਆਂ ਸ਼ਾਇਰਾਤ ਉਹ ਰੰਗਤਾ ਉਧਾਰੀਆਂ ਸੀ ਲਿੱਤੀਆਂ ਸਾਡੇ ਗਵਾੜ ਰਹਿੰਦਾ ਕੋਈ ਪੀਰ ਸੀ ਸ਼ਾਇਰੀ ਦਾ ਕਹਿੰਦੇ ਵੱਡਾ ਕੋਈ ਮੀਰ ਸੀ ਨਾ ਦੱਸਾਂ ਤਾਂ ਸ਼ਿਵ ਉਹਦਾ ਨਾਮ ਸੀ ਮੇਰਾ ਸ਼ਹਿਰ ਉਹਦਾ ਸ਼ਹਿਰ ਬਟਾਲਾ ਹੀ ਗਰਾ ਸੀ ਲੱਗਦਾ ਏ ਅਸਰ ਉਸ ਤੇ ਜ਼ਰੂਰ ਏ ਬਾਕੀ ਤੇ ਸੱਤੀ ਦੇ ਨਾਮ ਤੇ ਮਿਹਰਬਾਨੀ ਹਜ਼ੂਰ ਪੰਜਾਬੀਆਂ ਦਾ ਦਿਲ ਬਹੁਤ ਵੱਡਾ ਹੈ ਮੁਹੱਬਤ ਕਰਦੇ ਨੇ ਉਹ ਮੈਨੂੰ ਕਿਉਂਕਿ ਜਿਹੜੇ ਲੋਕ ਸਿੱਖਦੇ ਨਹੀਂ ਜਿਹੜੇ ਆਪਣੇ ਕੰਫਰਟ ਜ਼ੋਨ ਚੋਂ ਬਾਹਰ ਨਹੀਂ ਨਿਕਲਦੇ ਉਹ ਫਿਰ ਜ਼ਿੰਦਗੀ ਚ ਗਰੋਥ ਨਹੀਂ ਕਰਦੇ ਗਰੋਥ ਕਿਹੜੀ ਹੈ ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਪੈਸਾ ਕਮਾਉਣਾ ਵੱਡਾ ਕਰ ਇਹ ਤੇ ਸਭ ਚੀਜ਼ਾਂ ਮੇਰੇ ਕੋਲ 10 ਸਾਲ ਪਹਿਲਾਂ ਦੀਆਂ ਹਨ ਲੱਗਦਾ ਸੀਗਾ ਕਿ ilm ਜਿਹੜਾ ਜਿਹੜੀ ਤੁਹਾਡੀ ਅਕਲ ਏ ਉਹਦਾ ਦਾਇਰਾ ਰੋਜ਼ ਵੱਡਾ ਹੋਣਾ ਚਾਹੀਦਾ ਹੈ ਤੇ ਮੇਰੇ ਫਾਦਰ ਸਾਹਿਬ ਦਾ ਇਹ ਸੁਪਨਾ ਸੀ ਕਿ ਮੈਂ ਕਲਾਕਾਰ ਉਹਨਾਂ ਨੇ ਮੈਨੂੰ ਵਕੀਲ ਹੀ ਬਣਾਉਣਾ ਚਾਹਿਆ ਸੀਗਾ ਵੀ ਕਲਾ ਵੈਸੇ ਚਾਹਦੇ ਜੱਜ ਬੰਨਾ ਸੀ ਮੈਂ ਆਰਟ ਨਾਲ ਜ਼ਿਆਦਾ ਪਿਆਰ ਸੀ ਤੇ ਮੈਂ ਆਰਟਿਸਟ ਆਪਣੀ ਚੋਇਸ ਨਾ ਬਣੀ ਸੀ ਤੇ ਮੈਨੂੰ ਇਹ ਲੱਗਾ ਕਿ ਮੈਂ ਉਹਨਾਂ ਦਾ ਸੁਪਨਾ ਵੀ ਜ਼ਰੂਰ ਪੂਰਾ ਕਰਨਾ ਹੈ ਵੀ ਕਾਲਜ ਦੀ 4 ਸਾਲ ਸਟੂਡੈਂਟ ਲੀਡਰ ਵੀ ਰਹੇ ਅਸੀਂ ਸ਼ਹਿਰ ਵੀ ਬੰਦ ਕੀਤਾ ਸੋ ਉਦੋਂ ਬੜਾ ਮਤਲਬ ਮੈਂ ਬੜੀ ਪਾਪੂਲਰ ਹੋ ਗਈ ਸੀ ਉਦੋਂ ਪਰ ਮੇਰੀ ਮੰਮੀ ਨੇ ਇੱਕ ਗੱਲ ਘੜੀ ਬੜੀ ਵਧੀਆ ਕੀਤੀ ਸੀ ਸਾਨੂੰ ਸਟਿਚਿੰਗ ਵਗੈਰਾ ਬੜੀ ਉਹਨਾਂ ਨੇ ਸਿਖਾਈ ਸੀ ਅਸੀਂ 8ਵੀਂ 9ਵੀਂ ਚ ਕੱਪੜੇ-ਕੁਪੜੇ ਵਧੀਆ ਸੇ ਲੈਂਦੀ ਸੀ ਮੈਂ ਮੈਂ ਮਤਲਬ ਅੱਜ ਤੱਕ ਜਿਹੜੇ ਵੀ ਸਟੇਜ ਤੇ ਕੱਪੜੇ ਨੇ ਕੋਈ ਛੋਟਾ ਵੱਡਾ ਉਹ ਉੰਨੀ ਵੀ ਹੋ ਜੇ ਮੈਂ ਆਪ ਹੀ ਠੀਕ ਕਰ ਲੈਂਦੀ ਆ। ਤਦ ਕਿਆ ਵੀ ਸਤਿੰਦਰ ਇਹਦਾ ਨਾਮ ਤੇ ਉਹ ਫਿਰ ਪ੍ਰੀਤੀ ਦੀਦੀ ਤੇ ਮਾਨ ਸਾਹਿਬ ਦੋਨੋਂ ਹੀ ਮੈਨੂੰ ਸੱਤੀ ਕਹਿਣ ਲੱਗ ਪਏ। ਉਹਨਾਂ ਦੇ ਘਰ ਬੈਠਿਆ ਬੈਠੇ ਉਹ ਕਹਿੰਦੇ ਵੀ ਉਹ ਸਤਿੰਦਰ ਬੜਾ ਔਖਾ ਹੈ। ਮੈਨੂੰ ਸੱਤੀ ਕਿਆ ਕਰਾਣਾ। ਉਹਨਾਂ ਨੂੰ ਸਿਆਣੇ ਬੰਦਿਆਂ ਨੂੰ ਕੋਈ ਕਵੇ ਨਾ ਤੇ ਸਾਡੇ ਪੰਜਾਬ ਦੀਆਂ ਰਿਵਾਜ ਏ ਕਿ ਉਹ ਉਹਨੂੰ ਮੰਨਦੇ ਨਹੀਂ ਉਹ ਕਹਿੰਦੇ ਵੀ ਕਹਿੰਦੇ ਬ ਅਕਲ ਸਿਰਫ ਉਹ ਕਹਿੰਦੇ ਬਾਦਾਮ ਖਾਨ ਨਾ ਤੇ ਵਾਲ ਚਿੱਟੇ ਕਰਨ ਨਾਲ ਆਉਂਦੇ। ਚੰਸਤਾ ਬਣ ਕੇ ਉਹਨਾਂ ਲੋਕਾਂ ਦੀ ਰੋਜ਼ੀ ਰੋਟੀ ਜਾਂ ਉਹਨਾਂ ਦਾ ਭੋਖ ਸਾਂਭਿਆ ਜਾਏ ਜਿਨ੍ਹਾਂ ਨੇ ਸਾਡੀਆਂ ਲੋਕ ਪਰੰਪਰਾਵਾਂ ਲੋਕਤਾ ਰਾਹ ਨੂੰ ਸਾਂਭਿਆ ਹੋਇਆ। ਪਰ ਉਹ ਮੈਂ ਤੁਹਾਨੂੰ ਕਿਹਾ ਵੀ ਉਹਨਾਂ ਨੂੰ ਸਮਝ ਨਹੀਂ ਆਂਦੀ ਫਿਰ ਮੈਂ ਕਿਹਾ ਵੀ ਇਹਨਾਂ ਨਾਲ ਮੈਂ ਜੇ ਇਹਨਾਂ ਨੂੰ ਸਮਝਾਣ ਲੱਗੀ ਤੇ ਗੱਲ ਔਖੀ ਹੋ ਜਾਣੀ। ਕੁਝ ਹੋਰ ਕਰ ਲੈਣੀ ਆ ਫਿਰ ਮੈਂ ਵਕੀਲ ਬਣਾਂ। ਪ੍ਰੋ ਪੰਜਾਬ ਟੀਵੀ ਦੇਖਣ ਵਾਲਾ ਦਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਹਾਂ ਕਮਲਜੀਤ ਬੁੱਟਰ ਅੱਜ ਅਸੀਂ ਗੱਲ ਕਰਾਂਗੇ ਜੀ ਉਸ ਪ੍ਰੋਗਰਾਮ ਤੋਂ ਜਿਹੜਾ ਦੂਦਰਸ਼ਨ ਦੇ ਉੱਪਰ ਬਹੁਤ ਪਪੂਲਰ ਪ੍ਰੋਗਰਾਮ ਰਿਹਾ ਲਿਸ਼ਕਾਰਾ ਤੇ ਉਹਨਾਂ ਦੇ ਵਿੱਚ ਇੱਕ ਮੇਨ ਜਿਨ੍ਹਾਂ ਦਾ ਰੋਲ ਹੁੰਦਾ ਸੀ ਉਹ ਹੁੰਦੇ ਸੀ ਸਤਿੰਦਰ ਸੱਤੀ ਜੀ ਤੇ ਆਵਾਜ਼ ਜਦੋਂ ਉਹਨਾਂ ਦੀ ਸੁਣਦੇ ਸੀ ਤੇ ਕਈ ਵਾਰੀ ਇਹ ਹੁੰਦਾ ਕਿ ਜੇ ਅਗਰ ਟੀਵੀ ਤੋਂ ਅਸੀਂ ਦੂਰ ਵੀਰਨੇ ਆ ਤੇ ਸਾਨੂੰ ਪਤਾ ਲੱਗ ਜਾਂਦਾ ਸੀ ਕਿ ਲਿਸ਼ਕਾਰਾ ਸ਼ੁਰੂ ਹੋ ਗਿਆ ਤੇ ਉਸ ਪ੍ਰੋਗਰਾਮ ਦੇ ਵਿੱਚ ਖੱਦ ਜੋ ਖਾਸ ਗੱਲ ਇਹ ਰਹਿੰਦੀ ਹੁੰਦੀ ਸੀ ਕਿ ਜਿਹੜੀ ਸ਼ਾਇਰੀ ਸਾਨੂੰ ਸੁਣਨ ਨੂੰ ਮਿਲਦੀ ਹੁੰਦੀ ਸੀ ਜਿਹੜੀ ਉਸ ਸਮੇਂ ਦੇ ਵਿੱਚ ਬਹੁਤ ਘੱਟ ਮਤਲਬ ਟੀਵੀ ਦੇ ਉੱਪਰ ਐਂਕਰ ਇਸ ਤਰ੍ਹਾਂ ਕਰਦੇ ਹੁੰਦੇ ਸੀ ਤੇ ਉਹ ਅੱਜ ਕੱਲ ਕੈਲਗਰੀ ਦੇ ਵਿੱਚ ਨੇ ਤੇ ਅੱਜ ਕੱਲ ਉਹ ਵਕੀਲ ਬਣ ਗਏ ਨੇ ਤੇ ਅੱਜ ਅਸੀਂ ਉਹਨਾਂ ਨਾਲ ਉਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਬਟਾਲੇ ਤੋਂ ਲੈ ਕੇ ਕੈਲਗਰੀ ਤੱਕ ਦੀ ਸਫ਼ਰ ਦੀਆਂ ਉਹਨਾਂ ਦੀਆਂ ਉਹ ਸਾਰੀਆਂ ਗੱਲਾਂ ਬਾਤਾਂ ਅਸੀਂ ਉਹਨਾਂ ਨਾਲ ਕਰਾਂਗੇ ਤੇ ਸਤੀ ਜੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਮਿੱਟਰ ਸਾਹਿਬ ਔਰ ਪ੍ਰੋ ਪੰਜਾਬ ਵੇਖਣ ਵਾਲੇ ਸਾਰੇ ਕਿਰਸ਼ਕਾਂ ਨੂੰ ਬਹੁਤ-ਬਹੁਤ ਮੇਰੇ ਵੱਲੋਂ ਸਵਾਗਤ ਸਤੀ ਜੀ ਹੁਣ ਤੁਹਾਨੂੰ ਅਸੀਂ ਕਿਸ ਤਰ੍ਹਾਂ ਅਸੀਂ ਤੁਹਾਨੂੰ ਸੰਬੋਧਨ ਕਰੀਏ ਐਡਵੋਕੇਟ ਸਤਿੰਦਰ ਸਤੀ ਦੇ ਨਾਲ ਕਰੀਏ ਜਾਂ ਅਸੀਂ ਉਹੀ ਕਲਾਕਾਰ ਦੇ ਰੂਪ ਦੇ ਵਿੱਚ ਅਸੀਂ ਦੇਖੀਏ ਜਿਸ ਤਰ੍ਹਾਂ ਤੁਸੀਂ ਰਾਈਟਰ ਵੀ ਰਹੇ ਹੋ ਕਲਾਕਾਰ ਵੀ ਰਹੇ ਹੋ ਤੇ ਉਹ ਸਾਰਾ ਕੀ ਹੁਣ ਐਡਵੋਕੇਟ ਦੇ ਇਸ ਤੋਂ ਅੱਗੇ ਥੋੜਾ ਸਪਰ ਐਡਵੋਕੇਟ ਦੇ ਤੌਰ ਤੇ ਰਹੂਗਾ ਜੀ ਨੇ ਮੈਂ ਜਾਣੀ ਕਿ ਲੋਕ ਮੈਨੂੰ ਸੁਖਿੰਦਰ ਸੱਤੀ ਦੇ ਤੌਰ ਤੇ ਜਾਣਨ ਆਪਣੇ ਆਪ 'ਚ ਮੈਨੂੰ ਲੱਗਦਾ ਹੈ ਕਿ ਹਰ ਇਨਸਾਨ ਦੀ ਆ ਜ਼ਿੰਦਗੀ ਦੇ ਵਿੱਚ ਮਰਹਲੇ ਹੁੰਦੇ ਨੇ ਸਟੇਜਸ ਨੇ ਜਿਵੇਂ ਤੁਹਾਡਾ ਬਚਪਨ ਆਂਦਾ ਤੇ ਤੁਸੀਂ ਬਚਪਨ ਭੋਗਦੇ ਹੋ ਜਵਾਨੀ ਆਂਦੀ ਜਵਾਨੀ ਸੋ ਮੈਨੂੰ ਲੱਗਦਾ ਹੈ ਕਿ ਇਹ ਸਾਰੀਆਂ ਸਟੇਜਸ ਨੇ ਔਰ ਕਲਾਕਾਰ ਦੇ ਤੌਰ ਤੇ ਮੈਨੂੰ ਲੋਕਾਂ ਨੇ ਬੇਹਦ ਮੁਹੱਬਤ ਕੀਤੀ ਵਕੀਲ ਮੈਂ ਪਹਿਲਾਂ ਵੀ ਸੀ ਕਲਾਕਾਰ ਬਨਣ ਤੋਂ ਪਹਿ ਕਲਾਕਾਰ ਸੀਗੀ ਤੇ ਨਾਲ ਨਾਲ ਵਕਾਲਤ ਵੀ ਕਰਦੀ ਸੀ ਸੋ ਵਕੀਲ ਤੇ ਮੈਂ ਇੰਡੀਆ 'ਚ ਪਹਿਲੇ ਸੀ ਲੇਕਿਨ ਮੈਨੂੰ ਲੱਗਦਾ ਕਿ ਸ਼ਾਇਦ ਕੈਨੇਡਾ ਪੰਜਾਬੀਆਂ ਲਈ ਬੜਾ ਡ੍ਰੀਮ ਲੈਂਡ ਹੈ ਔਰ ਇਸ ਜਗ੍ਹਾ ਤੇ ਆ ਕੇ ਪੜ੍ਹਾਈ ਆਪਣੇ ਆਪ ਦੇ ਵਿੱਚ ਬੜਾ ਵੱਡਾ ਚੈਲੰਜ ਹੈ ਕਿਉਂਕਿ ਇਹਨਾਂ ਦੀ ਐਜੂਕੇਸ਼ਨ ਤੇ ਸਾਡੀ ਐਜੂਕੇਸ਼ਨ 'ਚ ਬੜਾ ਫਰਕ ਹੈ ਜੀ ਔਰ ਖਾਸ ਤੌਰ ਤੇ ਮੈਨੂੰ ਲੱਗਦਾ ਕਿ ਤੁਸੀਂ ਮਤਲਬ 18-20 ਸਾਲ ਬਾਅਦ ਅਗਰ ਦੁਬਾਰਾ ਪੜ੍ਹਾਈ ਸ਼ੁਰੂ ਕਰਦੇ ਹੋ ਔਰ ਉਹ ਵੀ ਨਾਲ-ਨਾਲ ਆਪਣੇ ਕੈਰੀਅਰ ਦੇ ਤੇ ਇਹ ਥੋੜਾ ਚੈਲੰਜਿੰਗ ਸੀਗਾ ਮੇਰੇ ਲਈ ਜੀ ਉਹ ਮੈਨੂੰ ਲੱਗਦਾ ਇਸ ਕਰਕੇ ਪੰਜਾਬੀਆਂ ਨੇ ਹਮੇਸ਼ਾ ਹੀ ਮੇਰੇ ਹਰ ਕੰਮ ਦੀ ਮਿਹਨਤ ਦੀ ਛਲਾਗਾ ਕੀਤੀ ਇਹਨਾਂ ਦਾ ਸੁਭਾਅ ਹੈ ਸੋ ਉਹਦੇ ਲਈ ਸਾਰਿਆਂ ਦਾ ਧੰਨਵਾਦ ਅਸੀਂ ਵੀ ਅੱਜ ਤੁਹਾਡੀ ਇੰਟਰਵਿਊ ਕਰਨ ਲਈ ਆਏ ਆ ਬਾਕੀ মিডিਆ ਵੀ ਸਾਰਾ ਬਹੁਤ ਸਾਰੀਆਂ ਤੁਹਾਡੀ ਇੰਟਰਵਿਊ ਹੋ ਰਹੀਆਂ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਡਿਗਰੀ ਤਾਂ ਲਾਅ ਦੀ ਸਾਰੇ ਲੈਂਦੇ ਆ ਤੇ ਜਦੋਂ ਸਤਿੰਦਰ ਸੱਤੀ ਨੇ ਡਿਗਰੀ ਲਈ ਤੇ ਇਹਦਾ ਮਤਲਬ ਇਸ ਤਰ੍ਹਾਂ ਇੱਕਦਮ ਬੂਮ ਇਸ ਤਰ੍ਹਾਂ ਕਿਸ ਤਰ੍ਹਾਂ ਮਤਲਬ ਇੱਕ ਤਰ੍ਹਾਂ ਲੋਕਾਂ ਦੇ ਸਾਹਮਣੇ ਵੱਡੀ ਮਤਲਬ ਇੱਕ ਖਬਰ ਬਣ ਗਈ ਕਿ ਸਤਿੰਦਰ ਸੱਤੀ ਨੇ ਐਡਵੋਕੇਟ ਐਡਵੋਕੇਟ ਦਾ ਜੀ ਡਿਗਰੀ ਆ ਉਹ ਲੈ ਲਈ ਹੈ ਜਾਂ ਅਪਗ੍ਰੇਡ ਕਰ ਲਿਆ ਉਹਨੂੰ ਇੱਥੇ ਕੈਨੇਡਾ ਦੇ ਵਿੱਚ ਇਹ ਖਬਰ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਇਸ ਤਰ੍ਹਾਂ ਕਿਉਂ ਹੋਇਆ ਇਹ ਮੈਨੂੰ ਲੱਗਦਾ ਵੀ ਪੰਜਾਬੀਆਂ ਦਾ ਦਿਲ ਬਹੁਤ ਵੱਡਾ ਹੈ ਮੁਹੱਬਤ ਕਰਦੇ ਨੇ ਉਹ ਮੈਨੂੰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਲੇਕਿਨ ਮੈਨੂੰ ਲੱਗਦਾ ਕਿ ਸ਼ਾਇਦ ਇਸ ਕਰਕੇ ਵੀ ਇਹ ਕਿ ਜਦੋਂ ਤੁਹਾਡਾ ਇੱਕ ਐਸਟੈਬਲਿਸ਼ਡ ਕੈਰੀਅਰ ਹੁੰਦਾ ਹੈ ਜਦੋਂ ਤੁਸੀਂ ਇੱਕ ਕੰਮ ਕਰ ਰਹੇ ਹੁੰਦੇ ਹੋ ਤੇ ਉਹਦੇ ਵਿੱਚ ਪੈਸੇ ਕਮਾ ਰਹੇ ਹੁੰਦੇ ਹੋ ਉਹਦੇ ਵਿੱਚ ਕਾਮਯਾਬ ਹੁੰਦੇ ਹੋ ਇਨਸਾਨ ਆਪਣੇ ਕੰਫਰਟ ਜ਼ੋਨ ਚ ਆ ਜਾਂਦਾ ਬਹੁਤ ਸਾਰੇ ਲੋਕਾਂ ਨੇ ਮੇਰੇ ਨਾਲ ਰਿਲੇਟ ਕੀਤਾ ਹੋਵੇਗਾ ਜੋ ਮੈਨੂੰ ਲੱਗਦਾ ਮੇਰੀ ਅਸੰਪਸ਼ਨ ਨੇ ਕਿ ਉਹਨਾਂ ਨੂੰ ਲੱਗਦਾ ਕਿ ਅਸੀਂ ਜਦੋਂ ਮਤਲਬ ਘਰ ਚੰਗਾ ਲੈ ਲੰਨੇ ਆ ਤੁਹਾਡੇ ਕੋਲ ਸਭ ਸਭ ਬੰਦਾ ਕਹਿੰਦਾ ਬਸ ਹੋਰ ਕੀ ਜ਼ਿੰਦਗੀ ਚ ਚਾਹੀਦਾ ਪਰ ਮੈਨੂੰ ਜ਼ਿੰਦਗੀ ਨੂੰ ਇੱਥੇ ਬਸ ਨਹੀਂ ਸੀ ਕਰਨਾ ਮੈਨੂੰ ਲੱਗਦਾ ਸਾਡੇ ਕੋਲ ਇੱਕੋ ਹੀ ਜ਼ਿੰਦਗੀ ਹੈ ਤੇ ਇਹਨੂੰ ਭਰਪੂਰ ਜੀਂਦੇ ਰਹਿਣਾ ਚਾਹੀਦਾ ਰੋਜ਼ ਨਵੇਂ ਹੁੰਦੇ ਰਹਿਣਾ ਚਾਹੀਦਾ ਕਿਉਂਕਿ ਜਿਹੜੇ ਲੋਕ ਸਿੱਖਦੇ ਨਹੀਂ ਹੈ ਜਿਹੜੇ ਆਪਣੇ ਕੰਫਰਟ ਜ਼ੋਨ ਚੋਂ ਬਾਹਰ ਨਹੀਂ ਨਿਕਲਦੇ ਉਹ ਫਿਰ ਜ਼ਿੰਦਗੀ ਚ ਗਰੋਥ ਨਹੀਂ ਕਰਦੇ ਗਰੋਥ ਕਿਹੜੀ ਹੈ ਇਹ ਤੁਹਾਡੇ ਤੇ ਨਿਰਭਰ ਕਰਦਾ ਮੇਰੇ ਲਈ ਪੈਸਾ ਕਮਾਉਣਾ ਵੱਡਾ ਕਰ ਇਹ ਤੇ ਸਭ ਚੀਜ਼ਾਂ ਮੇਰੇ ਕੋਲ 10 ਸਾਲ ਪਹਿਲਾਂ ਦੀਆਂ ਨੇ ਮੈਂ ਆਪਣੇ ਕੈਰੀਅਰ ਦੇ ਇਨੀਸ਼ੀਅਲ ਸਾਲਾਂ ਦੇ ਵਿੱਚ ਇਹ ਚੀਜ਼ਾਂ ਮੈਨੂੰ ਮਤਲਬ ਬੜੀਆਂ ਪਰਮਾਤਮਾ ਨੇ ਬਖਸ਼ ਦਿੱਤੀਆਂ ਸੀਗੀਆਂ ਲੇਕਿਨ ਮੈਨੂੰ ਇਹ ਲੱਗਦਾ ਸੀਗਾ ਕਿ ਇਲਮ ਜਿਹੜਾ ਹੈ ਨਾ ਜਿਹੜੀ ਤੁਹਾਡੀ ਅਕਲ ਏ ਉਹਦਾ ਦਾਇਰਾ ਰੋਜ਼ ਵੱਡਾ ਹੋਣਾ ਚਾਹੀਦਾ ਹੈ ਤੁਸੀਂ ਦੇਖੋ ਅੱਜ ਵੀ ਅਸੀਂ ਜਿਹੜੇ ਜਿਹੜੇ ਸਾਇੰਟਿਸਟ ਨੇ ਅੱਜ ਅਸੀਂ ਸੁਕਰਾਟ ਨੂੰ ਬੈਸਟ ਟੀਚਰਸ ਦੇ ਵਿੱਚ ਮੰਨਦੇ ਆ ਉਹਨੇ ਦੁਨੀਆ ਨੂੰ ਦੱਸਿਆ ਕਿ ਐਜੂਕੇਸ਼ਨ ਹੁੰਦੀ ਕੀ ਹੈ ਪ੍ਰੈਕਟੀਕਲ ਆਪਣੇ ਤੇ ਕਰਕੇ ਵਿਖਾਇਆ ਸੋ ਉਹ ਉਹ ਉਹਦੀ ਐਜੂਕੇਸ਼ਨ ਸੀ ਕਿ ਅੱਜ ਵੀ ਉਜਾੜ ਕੀਤਾ ਜਾਂਦਾ ਰੂਮੀ ਦੁਨੀਆ ਦੇ ਬੈਸਟ ਟੀਚਰਸ ਦੇ ਵਿੱਚੋਂ ਇੱਕ ਸੀਗਾ ਉਹਨੂੰ ਅੱਜ ਵੀ ਲੋਕ ਯਾਦ ਕਰਦੇ ਨੇ ਬੁੱਧ ਨੂੰ ਉਹਦੀਆਂ ਟੀਚਿੰਗਸ ਤੇ ਕਰਕੇ ਯਾਦ ਕਿਉਂਕਿ ਉਹਨਾਂ ਕੋਲ ਸੁਵਿਧਾਵਾਂ ਨਹੀਂ ਸਨ ਇਹ ਕਾਮਯਾਬ ਉਹ ਤਾਂ ਬੜੇ ਪਹਿਲਾਂ ਕਾਮਯਾਬ ਹੋ ਗਏ ਸੀ ਇਹ ਸਾਰੇ ਬੜੇ ਪਹਿਲੇ ਆਪਣੇ ਸਾਲਾਂ ਦੇ ਵਿੱਚ ਦੋ ਚਾਰ ਪੰਜ ਸਾਲਾਂ ਚ ਕਾਮਯਾਬ ਹੋ ਗਏ ਸਨ ਲੇਕਿਨ ਮੈਨੂੰ ਇਹ ਲੱਗਦਾ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੈ ਤੇ ਸਿੱਖਣ ਦੀ ਕੋਈ ਪੜਾ ਨਹੀਂ ਹੈ ਮੈਨੂੰ ਐਜੂਕੇਸ਼ਨ ਸ਼ੁਰੂ ਤੋਂ ਬੜੀ ਅਪੀਲ ਕਰਦੀ ਹੈ ਔਰ ਮੈਨੂੰ ਇਹ ਲੱਗਦਾ ਸੀਗਾ ਕਿ ਮੇਰੇ ਫਾਦਰ ਸਾਹਿਬ ਦਾ ਇਹ ਸੁਪਨਾ ਸੀ ਕਿ ਮੈਂ ਕਲਾਕਾਰ ਉਹਨਾਂ ਨੇ ਮੈਨੂੰ ਵਕੀਲ ਹੀ ਬਣਾਉਣਾ ਚਾਇਆ ਸੀਗਾ ਵੀ ਕਲਾ ਵੈਸੇ ਚਾਹਦੇ ਜੱਜ ਬੰਨਣਾ ਸੀ ਮੈਂ ਪਰ ਮੇਰੇ ਮੈਂ ਮੈਨੂੰ ਆਰਟ ਨਾਲ ਜ਼ਿਆਦਾ ਪਿਆਰ ਸੀ ਤੇ ਮੈਂ ਆਰਟਿਸਟ ਆਪਣੀ ਚੋਇਸ ਨਾਲ ਬਣੀ ਸੀ ਤੇ ਮੈਨੂੰ ਇਹ ਲੱਗਾ ਕਿ ਮੈਂ ਉਹਨਾਂ ਦਾ ਸੁਪਨਾ ਵੀ ਜ਼ਰੂਰ ਪੂਰਾ ਕਰਨਾ ਹੈ ਤੇ ਫਿਰ ਮੈਂ ਕਰੋਨਾ ਚ ਜਦੋਂ ਇੱਥੇ ਸੀਗੀ ਮੈਂ ਆਪਣੀ ਡਿਗਰੀ ਅਪਗ੍ਰੇਡ ਕਰ ਲਈ ਸੀ ਤੇ ਇਹਨਾਂ ਗੱਲਾਂ ਤੇ ਵੀ ਆਉਨੇ ਆ ਜੀ ਅਸੀਂ ਪਰ ਸ਼ੁਰੂਆਤ ਅਸੀਂ ਤੁਹਾਡੇ ਪਿੰਡ ਤੋਂ ਸ਼ੁਰੂ ਕਰਨਾ ਜਾਂ ਤੁਹਾਡੇ ਸ਼ਹਿਰ ਤੋਂ ਬਟਾਲੇ ਤੋਂ ਸ਼ੁਰੂ ਕਰਨਾ ਚਾਹੁੰਦੇ ਕਿਉਂਕਿ ਤੁਹਾਨੂੰ ਇਹ ਸਟੇਜ ਦੇ ਉੱਪਰ ਜਾਂ ਟੀਵੀ ਦੇ ਉੱਪਰ ਤੋਂ ਉੱਥੋਂ ਹੀ ਸ਼ੁਰੂ ਕਰਦੇ ਆ ਲੋਕੀ ਜਨਰਲੀ ਕਿ ਸਤਿੰਦਰ ਸੱਤੀ ਕੌਣ ਨੇ ਉੱਥੋਂ ਸ਼ੁਰੂ ਕਰਦੇ ਆ ਤੇ ਪਰ ਅਜੇ ਵੀ ਮਤਲਬ ਇੱਕ ਵੱਡਾ ਇੱਕ ਹਿੱਸਾ ਹੈ ਕਿ ਜਿਹੜਾ ਇਹ ਨਹੀਂ ਜਾਣਦਾ ਕਿ ਸਤਿੰਦਰ ਸੱਤੀ ਦਾ ਸਟਰਗਲ ਵੀ ਹੈ ਇਹਦੇ ਪਿੱਛੇ ਕਾਫੀ ਲੰਮਾ ਚਾਹੇ ਉਹ ਸਕੂਲ ਟਾਈਮ ਦਾ ਆ ਚਾਹੇ ਸਟੇਜ ਟਾਈਮ ਦਾ ਆ ਜਾਂ ਪਿੰਡ ਦਾ ਵੀ ਜਿਹੜਾ ਇੱਕ ਜੇਕਰ ਆਉਂਦਾ ਹੈ ਕਿ ਤੁਸੀਂ ਮਤਲਬ ਮੋਟਰਸਾਈਕਲ ਵੀ ਉਸ ਟਾਈਮ ਤੇ ਸਿੱਖ ਲਿਆ ਸੀ ਜਦੋਂ ਕਿ ਹੋਰ ਬਹੁਤਿਆਂ ਨੂੰ ਵਿਚਾਰ ਤੇ ਐਂਟੀ ਸੋਸ਼ਲ ਐਲੀਮੈਂਟ ਸੀ ਕਿ ਇਹਨੇ ਨਾ ਬਚਪਨ ਤੋਂ ਹੀ ਮਤਲਬ ਇੱਕ ਕੱਚੇੋ ਘਰਾਂ ਦੀ ਤੇ ਜ਼ਿੰਮੇਵਾਰੀਆਂ ਦੀ ਗੱਲ ਆਉਂਦੀ ਹੈ ਤੁਹਾਡੀ ਤੇ ਤੁਸੀਂ ਆਪਣੇ ਫਾਦਰ ਸਾਹਿਬ ਦਾ ਵੀ ਜ਼ਿਕਰ ਕਰਦੇ ਹੋ ਅਸੀਂ ਸ਼ੁਰੂਆਤ ਉੱਥੋਂ ਜਾਣ ਥੋੜੇ ਪਰਿਵਾਰ ਬਾਰੇ ਅਸੀਂ ਸ਼ੁਰੂ ਕਰਦੇ ਹਾਂ ਜੀ ਪਰਿਵਾਰ ਸਾਡਾ ਬੜਾ ਸਧਾਰਨ ਜਾਂ ਜ਼ਿੰਮੇਦਾਰਾ ਪਰਿਵਾਰ ਹੈ ਮੇਰੇ ਫਾਦਰ ਸਾਹਿਬ ਆਰਮੀ 'ਚ ਸਨ ਔਰ ਦੋ ਪੈਨਪਰਾ ਮਾਸੀ ਤੇ ਤੀਸਰਾ ਬ੍ਰਦਰ ਹੈ ਮੇਰਾ ਛੋਟਾ ਜਿਹਾ ਪਰਿਵਾਰ ਹੈ ਔਰ ਕਾਫੀ ਦਿਨ ਮੇਰੇ ਫਾਦਰ ਸਾਹਿਬ ਦੁਬਈ ਰਹੇ ਨੇ ਮੇਰੇ ਮਦਰ ਨੇ ਸਾਨੂੰ ਪਾਲ ਲਿਆ ਸੀਗਾ ਤੇ ਮੇਰੇ ਫਾਦਰ ਨੇ ਇੱਕ ਗੱਲ ਸ਼ੁਰੂ ਤੋਂ ਹੀ ਲੱਗਦੀ ਸੀਗੀ ਕਿ ਬੱਚਿਆਂ ਦੀ এডਿਕੇਸ਼ਨ ਉਹਨਾਂ ਨੇ ਬੜਾ ਜ਼ੋਰ ਸਾਨੂੰ ਦਿੱਤਾ ਕਿ ਵੀ ਪੜ੍ਹਾਈ ਬਹੁਤ ਅੱਛੀ ਹੋਣੀ ਚਾਹੀਦੀ ਜੀ ਇਸ ਕਰਕੇ ਉਹਨਾਂ ਨੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਕਿ ਉਹਨਾਂ ਦਾ ਆਪ ਰੋਟੀ ਖਾਣਾ ਬੜਾ ਮੁਸ਼ਕਲ ਹੁੰਦਾ ਸੀ ਉਹਨਾਂ ਨੇ ਸਾਨੂੰ ਹੌਸਟਲ 'ਚ ਪਾਇਆ ਬੈਸਟ ਆਫ ði ਐਜੂਕੇਸ਼ਨ ਉਹਨਾਂ ਨੇ ਦਿੱਤੀ ਸਾਨੂੰ ਔਰ ਮੈਂ ਘਰ ਚੋ ਸਭ ਤੋਂ ਵੱਡੀ ਆ ਤੇ ਉਹ ਮੇਰੇ ਫਾਦਰ ਸਾਹਿਬ ਬਾਹਰ ਰਹਿੰਦੇ ਸੀ ਸਾਡੀ ਜ਼ਮੀਨ ਵੀ ਸੀ ਔਰ ਮੇਰੇ ਮਦਰ ਜਿਹੜੇ ਨੇ ਉਬੜੇ ਹੋਮ ਲਈ ਸਨ ਉਹ ਬਹੁਤਾ ਜ਼ਿਆਦਾ ਬਾਹਰ ਉਹ ਘਰ ਦਾ ਮਤਲਬ ਉਹ ਘਰ ਦਾ ਕੰਮ ਹੀ ਕਰ ਤੇ ਮੇਰੇ ਫਾਦਰ ਸਾਹਿਬ ਨੇ 5th 6th ਚੀ ਮੈਨੂੰ ਸਕੂਟਰ ਵਗੈਰਾ ਸਿਖਾ ਦਿੱਤਾ ਸੀ ਮੁੰਡਿਆਂ ਵਾਂਗ ਜ਼ਿਆਦਾ ਪਾਲਿਆ ਸੀ ਉਹਨਾਂ ਨੇ ਕਿਉਂਕਿ ਘਰ ਦੀ ਜਿਹੜੀ ਵੱਡੀ ਕੁੜੀ ਹੁੰਦੀ ਏ ਉਹ ਮੁੰਡਿਆਂ ਵਰਗੋ ਹੀ ਹੋ ਜਾਂਦੀ ਹੁਣ ਸੁਵਿਧਾਵਾਂ ਜ਼ਿਆਦਾ ਹੋ ਗਈਆਂ ਉਦੋਂ ਨਹੀਂ ਸੀ ਸੋ ਮਤਲਬ ਉਹ ਉਹਨਾਂ ਦਿਨਾਂ 'ਚ ਆਨਲਾਈਨ ਨਹੀਂ ਸੀ ਗੈਸ ਬੁੱਕ ਕਰਾਉਣਾ ਪੈਂਦਾ ਸੀ ਬਿਜਲੀ ਦੇ ਬਿੱਲ ਭਰਨ ਜਾਣਾ ਪੈਂਦਾ ਸੀਗਾ ਸੋ ਉਹਦੇ ਲਈ ਉਹਨਾਂ ਨੂੰ ਘਰ ਦੇ ਵਿੱਚ ਕੋਈ ਨਾ ਕੋਈ ਬੱਚਾ ਇਹੋ ਜਿਹਾ ਚਾਹੀਦਾ ਸੀਗਾ ਭਰਾ ਮੇਰਾ ਬਹੁਤ ਛੋਟਾ ਸੀ ਤੇ ਉਹ ਫਿਰ ਇਸ ਕਰਕੇ ਮੈਂ ਬਹੁਤ ਜਲਦੀ ਇਹ ਮੋਟਰਸਾਈਕਲ ਸਕੂਟਰ ਜੋ ਵੀ ਹੁੰਦਾ ਸੀ ਘੱਟ ਚਲਾਉਣਾ ਸੀ ਉਸ ਤੋਂ ਬਾਅਦ ਤੁਸੀਂ ਕਾਲਜ ਆਉਨੇ ਹੋ ਤੇ ਉੱਥੋਂ ਵੀ ਇੱਕ ਸਟ੍ਰਾਈਕ ਦਾ ਵੀ ਜੇਕਰ ਮੈਂ ਸੁਣ ਰਿਹਾ ਸੀ ਕਿ ਇੱਕ ਸਟ੍ਰਾਈਕ ਵੀ ਤੁਹਾਡੇ ਸੰਬੰਧ ਵਿੱਚ ਹੋਈ ਜਿਹਦੇ ਵਿੱਚ ਤੁਸੀਂ ਲੀਡ ਕਰਦੇ ਸੀ ਓ ਕੀ ਕਿ ਸਸੀ ਜੀ ਸਟ੍ਰਾਈਕ ਆ ਮੈਂ ਮੈਂ ਡੀਵੀ ਕਾਲਜ ਦੀ 4 ਸਾਲ ਸਟੂਡੈਂਟ ਲੀਡਰ ਵੀ ਰਹੀ ਆ ਜਲੰਧਰ ਤੋਂ ਜੀ ਨਹੀਂ ਬਟਾਲੇ ਤੋਂ ਬਟਾਲਾ ਰਰ ਬਾਬਾ ਡੀਵੀ ਕਾਲਜ ਤੇ ਸਾਡੀਆਂ ਫੀਸਾਂ ਬੜੀਆਂ ਵਧਾ ਦਿੱਤੀਆਂ ਉਹਨਾਂ ਨੇ ਤੇ ਸਾਡੇ ਪ੍ਰਿੰਸੀਪਲ ਸੀ ਮੈਡਮ ਪੀਪੀ ਸ਼ਰਮਾ ਜੀ ਜੀ ਬੜੇ ਰਿਸਪੈਕਟੇਬਲ ਸਨ ਤੇ ਉਹ ਉਹ ਪ੍ਰਿੰਸੀਪਲ ਸਨ ਤੇ ਮੈਂ ਉਦੋਂ ਵੀ ਕਲਚਰ ਐਕਟੀਵਿਟੀਆਂ ਤੇ ਯੂਥ ਫੈਸਟੀਵਲ ਬਹੁਤ ਜਾਂਦੀ ਸੀ ਮਤਲਬ ਅਵਾਰਡਸ ਵਗੈਰਾ ਮੇਰੇ ਨਾਮ ਤੇ ਡਿਬੇਟ ਡੈਕਲੇਮੇਸ਼ਨ ਪੋਇਟਰੀ ਸਾਰੇ ਕੰਮਾਂ ਚ ਮੈਨੂੰ ਹੀ ਭੇਜ ਦਿੰਦੇ ਸੀਗੇ ਤੇ ਫੀਸਾਂ ਬਹੁਤ ਵੱਧ ਗਈਆਂ ਸੀਗੀਆਂ ਤੇ ਮੈਂ ਸਟ੍ਰਾਈਕ ਕੀਤੀ ਪੂਰੇ ਕਾਲਜ ਨ ਮਤਲਬ ਮੈਂ ਲੀਡ ਕੀਤਾ ਕਾਲਜ ਨੂੰ ਅਸੀਂ ਆਲਮੋਸਟ 1 ਮਹੀਨਾ ਮਤਲਬ ਡੀਏਵੀਜ਼ ਦੀ ਹਿਸਟਰੀ ਦੇ ਵਿੱਚ ਕੀ 1 ਮਹੀਨਾ ਅਸੀਂ ਕਾਲਜ ਬੰਦ ਰੱਖੇ ਪੂਰੇ ਕਾਲਜ ਜਿਹੜੀ ਮਤਲਬ ਪੰਜਾਬ ਦੇ ਸੰਗਠਨ ਸੀ ਸਟੂਡੈਂਟ ਉਹਨਾਂ ਨੇ ਮੈਨੂੰ ਬੜਾ ਸਪੋਰਟ ਕੀਤਾ ਤੇ ਉਹਨਾਂ ਨੂੰ ਅਲਟੀਮੇਟਲੀ ਜਿਹੜੀ ਸੈਂਟਰ ਦੀ ਉਹ ਅਸੀਂ ਉਹ ਨਦੀ ਮੈਨੇਜਮੈਂਟ ਉਹਨਾਂ ਨੂੰ ਇੱਥੇ ਆ ਕੇ ਉਹ ਮਤਲਬ ਬੰਦ ਕਰਨਾ ਪਿਆ ਅਸੀਂ ਸ਼ਹਿਰ ਵੀ ਬੰਦ ਕੀਤਾ ਸੋ ਉਦੋਂ ਬੜਾ ਮਤਲਬ ਮੈਂ ਬੜੀ ਪਾਪੂਲਰ ਹੋ ਗਈ ਸੀ ਉਦੋਂ ਕੀ ਸੀਗਾ ਉਦੋਂ ਕਿ ਇਹ ਮਤਲਬ ਕੋਈ ਪੋਲਿਟਿਕਸ ਦੇ ਵਿੱਚ ਜਾਣ ਦਾ ਵੀ ਸੀਗਾ ਕਿ ਇੱਕ ਲੀਡਰ ਹੁੰਦਾ ਨਾ ਵੀ ਕਾਲਜ ਟਾਈਮ ਦੇ ਵਿੱਚੋਂ ਲੀਡਰ ਹੀ ਬੜੇ ਨਿਕਲਦੇ ਆ ਪੋਲਿਟਿਕਲ ਮੈਨੂੰ ਜ਼ਿੰਦਗੀ ਚ ਸੱਚ ਦਾ ਸਾਥ ਦੇਣਾ ਮੈਂ ਲੀਡਰ ਤੇ ਮੈਨੂੰ ਲੱਗਦਾ ਕਿ ਮੈਂ ਕਦੀ ਵੀ ਨਹੀਂ ਬੰਨਣਾ ਚਾਹੁੰਦੀ ਸੀਗੀ ਲੇਕਿਨ ਮੈਨੂੰ ਇਹ ਹੈ ਕਿ ਸੱਚ ਹੱਕ ਲਈ ਬੋਲਣਾ ਬੜਾ ਜ਼ਰੂਰੀ ਹੈ ਜ਼ਿੰਦਾ ਹੋ ਤਾਂ ਜ਼ਿੰਦਾ ਹੋਣੇ ਦਾ ਫਰਜ਼ ਅਦਾ ਕੀਜੀਏ ਤੇ ਉਹ ਜੇ ਜਿਉਂਦੇ ਹੋ ਤੇ ਜਿਉਂਦਿਆਂ ਬੰਦਿਆਂ ਨੂੰ ਆਵਾਜ਼ ਵੀ ਚੁੱਕਣੀ ਚਾਹੀਦੀ ਹੈ ਸੋ ਮੈਂ ਇਹ ਮੰਨਦੀ ਸੀ ਕਿ ਮਤਲਬ ਮੇਰੇ ਅੰਦਰ ਉਹ ਉਹ ਐਗਰੈਸ਼ਨ ਸ਼ੁਰੂ ਤੋਂ ਹੀ ਰਿਹਾ ਕਿ ਕੁਝ ਕਰ ਵਿਖਾਣਾ ਤੇ ਉਹ ਮੈਂ ਆਲੇ ਦੁਆਲੇ ਮੈਂ ਇਹ ਉਡੀਕਦੀ ਨਹੀਂ ਆ ਕਿ ਲੋਕ ਕਰਨਗੇ ਮੈਂ ਇਨੀਸ਼ੀਏਟਿਵ ਸ਼ੁਰੂ ਤੋਂ ਲੈਂਦੀ ਆ ਉਹ ਕਾਲਜ ਵੀ ਪੜ੍ਹਦੀ ਤੇ ਮੈਂ ਪਲੱਸ 2 ਵਿੱਚ ਸੀ ਉਦੋਂ ਉੱਪਰ ਮੈਂ ਉਦੋਂ ਵੀ ਕਾਲਜ ਨੂੰ ਲੀਟ ਕਰਦੀ ਸੀ ਤੇ ਜਿਹੜਾ ਦੁੱਧ ਦਰਸ਼ਨ ਦਾ ਸਫਰ ਹੈ ਜੀ ਇਹ ਦੁੱਧ ਦਰਸ਼ਨ ਦੇ ਨਾਲ ਕਿਸ ਤਰ੍ਹਾਂ ਅਟੈਚ ਹੋਏ ਕਿਉਂਕਿ ਜੇ ਮੈਂ ਬਹੁਤੇ ਏਰੀਆ ਦੀ ਜਾਂ ਉਸ ਟਾਈਮ ਦੇ ਸਟੂਡੈਂਟਸ ਦੀ ਜਾਂ ਕੁੜੀਆਂ ਦੀ ਸਪੈਸ਼ਲੀ ਗੱਲ ਕਰਾਂ ਕਿ ਉਸ ਟਾਈਮ ਦੇ ਵਿੱਚ ਟੀਵੀ ਦੇ ਵਿੱਚ ਆਉਣਾ ਤੇ ਬੜੀ ਵੱਡੀ ਗੱਲ ਸੀਗੀ ਪਰ ਤੁਸੀਂ ਉਸ ਟਾਈਮ ਦੇ ਵਿੱਚ ਪਹੁੰਚੇ ਤੇ ਤਿਆਰੀ ਦੇ ਨਾਲ ਪਹੁੰਚੇ ਤੇ ਉਹ ਉਹ ਸਫਰ ਦਾ ਤੁਹਾਡੇ ਦੱਸੋ ਜੀ ਟੀਵੀ ਦੇ ਨਾਲ ਕਿਸ ਤਰ੍ਹਾਂ ਜੁੜੇ ਦੂਰਦਰਸ਼ਨ ਦੇ ਨਾਲ ਕਿਸ ਤਰ੍ਹਾਂ ਦਾ ਸਫਰ ਅ ਅਸਲ 'ਚ ਮੈਂ ਕੀ ਸੀਗਾ ਕਿ ਉਹ ਜਦੋਂ ਮੈਂ ਯੂਨੀਵਰਸਿਟੀ ਐਲ ਐਲ ਬੀ ਫਰਸਟ ইয়ার 'ਚ ਗਈ ਵੈਸੇ ਮੈਂ ਜਦੋਂ ਕਾਲਜ ਵੀ ਪੜ੍ਹਦੀ ਸੀ ਤੇ ਉਦੋਂ ਵੀ ਮੈਂ ਡੈਕਲੇਮੇਸ਼ਨ ਡਿਬੇਟਸ 'ਚ ਬਹੁਤ ਜਾਂਦੀ ਸੀ ਔਰ ਸਾਡਾ ਕਾਲਜ ਹਮੇਸ਼ਾ Winner ਰਹਿੰਦਾ ਸੀ ਫਸਟ ਅਸੀਂ ਆਉਂਦੇ ਸੀਗੇ ਜਦੋਂ ਮੈਂ ਕਾਲਜ ਗਈ ਤੇ ਮੈਂ Youth Festival ਕੀਤਾ ਤੇ ਉੱਥੇ ਬਹੁਤ ਸਾਰੇ ਦੂਰਦਰਸ਼ਨ ਦੇ ਲੋਕ ਆਉਂਦੇ ਨੇ ਬਹੁਤ ਸਾਡੇ ਡਾਇਰੈਕਟਰਸ ਤੇ ਉੱਥੇ ਦੂਰਦਰਸ਼ਨ ਦੇ ਮਤਲਬ ਬੜੇ سارے ਲੋਕ ਆਂਦੇ ਸਨ ਤੇ ਮੈਨੂੰ ਅਪਰੋਚ ਕਰਦੇ ਰਹਿੰਦੇ ਸੀ ਪ੍ਰੋਗਰਾਮ ਲਈ ਉੱਥੇ ਲਿਸ਼ਕਾਰੇ ਲਈ ਡਾਕਟਰ ਜੌਲ ਉਹਨਾਂ ਨੇ ਮੈਨੂੰ ਅਪਰੋਚ ਕੀਤਾ ਤੇ ਅਸੀਂ ਬੜੇ ਸ਼ੌਕਿਆ ਸ਼ੌਕਿਆ ਵੀ ਉਦੋਂ ਟੀਵੀ 'ਚ ਕੌਣ ਮਤਲਬ ਮੈਨੂੰ ਐਸੇ ਟੀਵੀ ਦੀਆਂ ਆਫਰਸ ਪਹਿਲਾਂ ਵੀ ਬਹੁਤ ਸੀਗੀ ਜਦੋਂ ਮੈਂ ਸਕੂਲ ਸੀਗੀ ਸਕੂਲ ਕਾਲਜ ਸੀ ਕਿਉਂਕਿ ਮੈਂ ਪਲੇ ਵਗੈਰਾ ਵੀ ਕਰਦੀ ਸੀ ਲੇਕਿਨ ਸਾਡੇ ਘਰ ਦੇ ਨੇ ਹੱਕ 'ਚ ਨਹੀਂ ਸੀ ਉਦੋਂ ਕਿੱਥੇ ਜਾਣ ਦਿੰਦੇ ਸੀਗੇ ਉਹ ਕੁੜੀਆਂ ਨੂੰ ਪਰ ਉਦੋਂ ਫਿਰ ਅਸੀਂ 2-3 ਜਣੇ ਜਾ ਕੇ ਤੇ ਅਸੀਂ ਦੂਰਦਰਸ਼ਨ ਤੇ ਗਏ ਜਾ ਕੇ ਤੇ ਮੇਰੇ ਕੋਈ ਉਹ ਸਾਨੂੰ ਮਿਲਿਓ ਕਹਿੰਦੇ ਛਵੀਰਵਾਰ ਤੁਸੀਂ ਆ ਜਿਓ ਐਡੀਸ਼ਨ ਤੇ ਉਹਦੋਂ ਸਾਡੇ ਕੋਈ ਇਨੇ ਕੱਪੜੇ ਵੀ ਨਹੀਂ ਸੀ ਹੁੰਦੇ ਨਾ ਅਸੀਂ ਨਾਰਮਲ ਜੇ ਘਰਾਂਦੇ ਆ ਬਟ ਮੇਰੀ ਮੰਮੀ ਨੇ ਇੱਕ ਗੱਲ ਘੜੀ ਬੜੀ ਵਧੀਆ ਕੀਤੀ ਸੀ ਸਾਨੂੰ ਸਟਿਚਿੰਗ ਵਗੈਰਾ ਬੜੀ ਉਹਨਾਂ ਨੇ ਸਿਖਾਈ ਸੀ ਅਸੀਂ 8ਵੀਂ 9ਵੀਂ ਚ ਕੱਪੜੇ-ਕੁਪੜੇ ਵਧੀਆ ਸੀ ਲੈਂਦੀ ਸੀ ਮੈਂ ਮੈਂ ਮਤਲਬ ਅੱਜ ਤੱਕ ਜਿਹੜੇ ਵੀ ਸਟੇਜ ਤੇ ਕੱਪੜੇ ਨੇ ਕੋਈ ਛੋਟਾ ਵੱਡਾ ਉਹ ਉੰਨੀ ਵੀ ਹੋ ਜੇ ਮੈਂ ਆਪ ਹੀ ਠੀਕ ਕਰ ਲੈਣੇ ਆ ਤੇ ਉਹ ਕੰਮ ਆਉਂਦਾ ਸੀ ਤੁਹਾਨੂੰ ਹਾਂ ਮੈਨੂੰ ਬੜਾ ਅੱਜ ਵੀ ਮੈਨੂੰ ਬੜਾ ਪਰਫੈਕਟਲੀ ਮੈਂ ਸਟੀਚਿੰਗ ਬੜੀ ਚੰਗੀ ਤਰ੍ਹਾਂ ਜਾਣਨੀ ਹੈ ਤੇ ਉਹ ਮੈਂ ਸੂਟ ਸੀਤਾ ਮੇਰੀ ਮਾਸੀ ਨੇ ਦਿੱਤਾ ਸੀ ਮੈਨੂੰ ਇਹ ਯਾਦ ਹੈ ਗ੍ਰੀਨ ਕਲਰ ਦਾ ਮੈਂ ਸੂਟ ਪਾ ਲਿਆ ਤੇ ਤਿਆਰ ਕਿਉਂਕਿ ਮੇਕਅਪ ਸਾਨੂੰ ਸ਼ੁਰੂ ਤੋਂ ਹੀ ਉੱਥੇ ਉਹਨਾਂ ਘਰਾਜ ਛੋਟੇ ਘਰਾਜ ਕਿੱਥੇ ਛੋਟੇ ਸ਼ਹਿਰਾਂ ਚ ਕਰਨ ਦਿੰਦੇ ਨੇ ਉਹ ਸੀ ਗੇ ਅਤੇ ਉਹਨਾਂ ਨੇ ਸਾਨੂੰ ਮੇਕਅਪ ਨੂੰ ਕੱਪ ਕਰਤਾ ਅਸੀਂ ਤਸਵੀਰੇ 9 ਵਜੇ ਪਹੁੰਚ ਗਏ ਤੇ ਰਿਕਾਰਡਿੰਗ ਸ਼ੁਰੂ ਹੁੰਦੀ ਸੀ 2:00 ਵਜੇ 2:30 ਵਜੇ ਸਾਡੇ ਉੱਥੋਂ ਬੱਸ ਫਿਰ ਵਾਪਸੀ ਬੜੀ ਔਖ ਔਖੀ ਹੁੰਦੀ ਸੀ ਉਹ ਮੈਂ ਚਾ ਚਾ ਚ ਹੀ ਕਰ ਰਹੀ ਫਿਰ ਉਹ ਹੌਲੀ ਹੌਲੀ ਸਾਨੂੰ ਪੈਸੇ ਵੀ ਆਉਣੇ ਸ਼ੁਰੂ ਹੋ ਗਏ 500 ਰੁਪਏ ਦਿੰਦੇ ਹੁੰਦੇ ਸੀ ਉਦੋਂ ਉਹ ਤੇ ਬਸ ਇਸ ਤਰ੍ਹਾਂ ਸਿਲਸਿਲਾ ਹੋਇਆ ਥੋੜੇ ਕੁ ਦਿਨ ਪ੍ਰੋਗਰਾਮ ਕੀਤਾ ਉਸ ਤੋਂ ਬਾਅਦ ਇੱਕ ਹੋਰ ਬੜਾ ਵੱਡਾ ਅਜੀਤ ਅਖਬਾਰ ਨੇ ਇਵੈਂਟ ਕੀਤਾ ਸੀਗਾ ਪਹਿਲੀ ਸਟਾਰ ਨਾਈਟ ਸੀ ਪੰਜਾਬ ਦੀ ਜਿਹਦੇ ਵਿੱਚ ਮੈਂ ਪਹਿਲੀ ਵਾਰੀ ਹਰਦਾਸ ਮਾਨ ਸਾਹਿਬ ਨੂੰ ਹੰਸ ਰਾਜ ਹੰਸ ਨੂੰ ਪ੍ਰੀਤੀ ਸਪਰੂਜੀ ਨੂੰ ਮਲਕੀਤ ਸਿੰਘ ਹਰਪਜਨ ਮਾਨ ਇਹ ਸਾਰੇ ਸੁਪਰਸਟਾਰ ਸੀਗੇ ਤੇ ਮੈਂ ਇਹਨਾਂ ਨੂੰ ਪਹਿਲੀ ਵਾਰੀ ਸਾਰਿਆਂ ਨੂੰ ਦੇਖਿਆ ਮੈਨੂੰ ਤੇ ਇਦਾਂ ਲੱਗੇ ਕਿ ਮੈਂ ਸੁਪਨਿਆਂ ਦੀ ਦੁਨੀਆ 'ਚ ਘੁੰਮ ਰਹੀ ਆ ਤੇ ਉਹ ਲਿਸ਼ਕਾਰਾ ਉਦੋਂ ਸ਼ੁਰੂ ਹੋ ਗਿਆ ਸੀ ਜਾਂ ਉਸ ਤੋਂ ਬਾਅਦ ਦੀ ਇਹ ਸ਼ੁਰੂ ਹੋਣੀ ਨਹੀਂ ਪਹਿਲਾਂ ਹੋ ਗਿਆ ਸੀ ਲਿਸ਼ਕਾਰੇ ਤੋਂ ਹੀ ਉਹਨਾਂ ਨੇ ਵੇਖ ਕੇ ਮੈਨੂੰ ਇਸ ਪ੍ਰੋਗਰਾਮ ਲਈ ਬੁਲਾਇਆ ਸੀ ਠੀਕ ਹੈ ਜੀ ਬਸ ਉਸ ਤੋਂ ਬਾਅਦ ਫਿਰ ਮੈਂ ਮਤਲਬ ਦੋ ਕੁ ਮਹੀਨੇ ਪਿੱਛੇ ਅਮਰੀਕਾ ਦੇ ਟੂਰ ਤੇ ਵੀ ਆ ਗਈ ਸੀ ਕਿਉਂਕਿ ਉਹਦੀਆਂ ਸੀਡੀਆਂ ਬਹੁਤ ਚੱਲੀਆਂ ਸੀ ਜੀ ਫਿਰ ਬਸ ਪਿੱਛੇ ਮੁੜ ਕੇ ਵੇਖਣ ਦਾ ਟਾਈਮ ਹੀ ਨਹੀਂ ਮਿਲਿਆ ਤੇ ਉਸ ਤੋਂ ਬਾਅਦ ਤੁਸੀਂ ਜਦੋਂ ਉੱਥੇ ਸਿੰਗਰਜ਼ ਨੂੰ ਮਿਲਦੇ ਹੋ ਜਾਣ ਪਛਾਣ ਵੱਧਦੀ ਆ ਤੇ ਫਿਲਮਾਂ ਵਾਲਾ ਜਿਹੜਾ ਸਫਰ ਉਧਰਲੇ ਪਾਸੇ ਵੀ ਆਉਣ ਦਾ ਇਹੀ ਕਾਰਨ ਬਣਿਆ ਜੀ ਉਹ ਫਿਰ ਜਦ ਤੁਸੀਂ ਇੱਕ ਦੇਖੋ ਜਦੋਂ ਤੁਸੀਂ ਇੱਕ ਕੰਮ ਦੇ ਵਿੱਚ ਹੁੰਦੇ ਹੋ ਕਿਉਂਕਿ ਉਹ ਬੜੀ ਫੇਮਸ ਮੂਵੀ ਰਹੀ ਜਿਹੜੀ ਇਹ ਭਜਨ ਮਾਨ ਉਹਦਾ ਜੀ ਆਇਆਂ ਨੂੰ ਆਈ ਸੀ ਹਾਂਜੀ ਉਹ ਮਤਲਬ ਜਦੋਂ ਤੁਸੀਂ ਕੰਮ ਸ਼ੁਰੂ ਕਰਦੇ ਹੋ ਤੇ ਜਿਹੜਾ ਕਲਾ ਹੈ ਨਾ ਗਾਣਾ ਬਜਾਣਾ ਫਿਲਮਾਂ ਇਹ ਸਭ ਉਹਦੇ ਨਾਲ ਸੰਬੰਧਿਤ ਨੇ ਹੁਣ ਤੁਸੀਂ ਕਿਸੇ ਵਕੀਲ ਨੂੰ ਇਹ ਪੁੱਛਦੇ ਜਦੋਂ ਉਹ وکਾਲਤ ਕਰ ਲੈਂਦਾ ਕਿ ਤੁਸੀਂ ਇਮੀਗ੍ਰੇਸ਼ਨ ਕਰੋਗੇ ਤੁਸੀਂ ਰੀਅਲ ਸਟੇਟ ਕਰੋਗੇ ਕਿ ਤੁਸੀਂ ਫੈਮਿਲੀ ਲਾਅ ਕਰੋਗੇ ਉਹ ਵਕੀਲ ਹੈ ਉਸ ਨੂੰ ਸਾਨੂੰ ਸਭ ਕੁਝ ਪੜਾਇਆ ਜਾਂਦਾ ਉਹ ਕੁਝ ਵੀ ਕਰ ਸਕਦਾ ਜੀ ਉਹਦੀ ਇਹ ਉਹਦੀ ਬਾਅਦ ਚ ਚੁਆਇਸ ਹੁੰਦੀ ਕਿ ਉਹਨੂੰ ਜਿਸ ਤਰ੍ਹਾਂ ਦੇ ਕੇਸ ਮਿਲਦੇ ਨੇ ਉਸੇ ਤਰ੍ਹਾਂ ਦਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਲੇਕਿਨ ਉਹਦੇ ਚ ਕਾਬਲੀਅਤ ਸਾਰੀ ਹੁੰਦੀ ਐ ਇਸੇ ਤਰ੍ਹਾਂ ਮੈਨੂੰ ਲੱਗਦਾ ਜਿਹੜਾ ਫਨਕਾਰ ਐ ਆਰਟਿਸਟ ਐ ਇਹ ਸਭ ਚੀਜ਼ਾਂ ਵਿਧਾਵਾਆਂ ਜਿਹੜੀਆਂ ਨੇ ਉਹਦੇ ਨਾਲ ਸੰਬੰਧਿਤ ਨੇ ਪਰ ਜਦੋਂ ਤੁਸੀਂ ਮਸ਼ਹੂਰ ਹੋ ਜਾਂਦੇ ਹੋ ਫਿਰ ਲੋਕ ਇਹ ਨਹੀਂ ਦੇਖਦੇ ਕਿ ਤੁਹਾਡਾ ਸਟਰਗਲ ਕਿੰਨਾ ਪਿੱਛੇ ਜਾਂ ਤੁਹਾਡੀ ਉਹਦੇ ਲਈ ਕਾਲਣਾ ਵਕੀਲ ਬਣਨ ਲਈ ਵੀ ਲੋਕਾਂ ਨੂੰ ਲੱਗਦਾ ਵੀ ਪਤਾ ਨਹੀਂ ਓਵਰਨਾਈਟ ਤੁਸੀਂ ਵਕੀਲ ਬਣ ਗਏ ਵੀ ਮੈਂ ਸੁਣਦਾ ਸੀ ਕਿ ਜਦੋਂ ਤੁਸੀਂ ਪਹਿਲੇ ਵਾਰ ਗੁਰਦਾਸ ਮਾਨ ਸਾਹਿਬ ਨਾਲ ਮਿਲੇ ਜਾਂ ਇਹ ਸਤਿੰਦਰ ਤੋਂ ਸੱਤੀ ਸੱਤੀ ਜਿਹੜਾ ਨਾਮ ਉੱਥੋਂ ਮਤਲਬ ਤੁਹਾਨੂੰ ਮਿਲੇ ਮੈਂ ਉਸੇ ਪ੍ਰੋਗਰਾਮ ਤੇ ਪ੍ਰੀਤੀ ਸਪਰੂ ਉਹਨਾਂ ਨੇ ਮੈਨੂੰ ਇੱਕ ਸੀਰੀਅਲ ਸੀ ਉਹਨਾਂ ਦਾ ਸੰਗੀਤ ਉਹ ਬੰਬੇ ਸ਼ੂਟ ਹੋਣਾ ਸੀਗਾ ਮੈਂ ਤੇ ਕਦੀ ਅਸੀਂ ਮੈਂ ਤੇ ਦਿੱਲੀ ਵੀ ਨਹੀਂ ਸੀ ਦੇਖਿਆ ਉਦੋਂ ਹਨਾ ਅਸੀਂ ਗਏ ਹੀ ਨਹੀਂ ਸੀਗੇ ਤੇ ਉਹਨਾਂ ਨੇ ਮੈਨੂੰ ਸਾਈਨ ਕੀਤਾ ਉਸ ਸੀਰੀਅਲ ਦੇ ਲਈ ਆ ਉਹ ਮੈਂ ਸੀਰੀਅਲ ਤੇ ਮੈਂ ਬੰਬੇ ਗਈ ਉਹਨਾਂ ਨੇ ਘਰ ਹੀ ਠਹਿਰੇ ਮੈਂ ਤੇ ਮੇਰੇ ਫਾਦਰ ਸਾਹਿਬ ਅਸੀਂ ਦੋਨੋਂ ਗਏ ਤੇ ਉਹ ਮੈਨੂੰ ਮਾਨ ਸਾਹਿਬ ਨੂੰ ਮਿਲਾਨ ਲੈ ਗਏ ਉਹਨਾਂ ਦੇ ਘਰ ਪ੍ਰੀਤੀ ਦੀਦੀ ਨਾਲ ਮੇਰਾ ਅੱਜ ਵੀ ਬਹੁਤ ਮੁਹੱਬਤ ਹੈ ਉਹਨਾਂ ਦੇ ਨਾਲ ਤੇ ਉਹਨਾਂ ਨੇ ਮਤਲਬ ਕਿਆ ਵੀ ਸਤਿੰਦਰ ਇਹਦਾ ਨਾਮ ਤੇ ਉਹ ਫਿਰ ਪ੍ਰੀਤੀ ਦੀਦੀ ਤੇ ਮਾਨ ਸਾਹਿਬ ਦੋਨੋਂ ਹੀ ਮੈਨੂੰ ਸੱਤੀ ਕਹਿਣ ਲੱਗ ਪਏ ਉਹਨਾਂ ਦੇ ਘਰ ਬੈਠਿਆ ਬੈਠੇ ਉਹ ਕਹਿੰਦਾ ਵੀ ਉਹ ਸਤਿੰਦਰ ਬੜਾ ਔਖਾ ਹੈ ਮੈਨੂੰ ਸੱਤੀ ਕਿਆ ਕਰਾਂਗੇ ਉਹ ਫਿਰ ਨਾਮ ਉਹਨਾਂ ਦੋਨਾਂ ਦੀ ਮਤਲਬ ਇੰਨੀ ਜ਼ਿਆਦਾ ਓਕੇ ਕਹਿੰਦੇ ਉਹਨਾਂ ਦਾ ਆਪਣਾ ਹੀ ਪਰਮਾਤਮਾ ਨਾਲ ਇੰਨਾ ਦੋਨਾਂ ਦਾ ਜੁੜਿਆ ਹੋਇਆ ਹੈ ਕਿ ਉਹ ਨਾਮ ਮੈਨੂੰ ਰਾਸ ਆ ਗਿਆ ਮੈਂ ਇੱਕ ਬੜਾ ਅੱਛਾ ਕਿਨੂਨੀਆ ਕੀ ਪੁੱਛਦੇ ਨੇ ਲੋਕ ਸ਼ਾਇਰੀ ਕਿਵੇਂ ਫੁਰਦੀ ਮੈਂ ਕਮਾਏ ਤਾਂ ਰੈਂਦੀ ਨਾਲ-ਨਾਲ ਤੁਰਦੀ ਅੰਮੀ ਨੇ ਮੇਰੀ ਦੁਆਵਾਂ ਸੀ ਕੀਤੀਆਂ ਸ਼ਾਇਰਾਤੋਂ ਰੰਗਤਾ ਉਧਾਰੀਆਂ ਸੀ ਲੈਂਤੀਆਂ ਸਾਡੇ ਗਵਾਨ ਰਹਿੰਦਾ ਕੋਈ ਪੀਰ ਸੀ ਸ਼ਾਇਰੀ ਦਾ ਕਹਿੰਦੇ ਵੱਡਾ ਕੋਈ ਮੀਰ ਸੀ ਨਾ ਦੱਸਾਂ ਤਾਂ ਸ਼ਿਵ ਉਹਦਾ ਨਾਂ ਸੀ ਮੇਰਾ ਸ਼ਹਿਰ ਉਹਦਾ ਸ਼ਹਿਰ ਬਟਾਲਾ ਹੀ ਗਰਾ ਸੀ ਲੱਗਦਾ ਏ ਅਸਰ ਉਸ ਤੇ ਜ਼ਰੂਰ ਏ ਬਾਕੀ ਤੇ ਸੱਤੀ ਦੇ ਨਾਮ ਤੇ ਮਿਹਰਬਾਨ ਵੀ ਹਜ਼ੂਰ ਏ ਸੋ ਉਹ ਮੈਨੂੰ ਲੱਗਦਾ ਮਾਲਕ ਨੇ ਬੜੀ ਕਿਰਪਾ ਕੀਤੀ ਤੇ ਇਹ ਸ਼ਾਇਰੀ ਦਾ ਫਿਰ ਮਤਲਬ ਸ਼ਿਵ ਕੁਮਾਰ ਤੋਂ ਹੀ ਸ਼ੁਰੂ ਹੁੰਦਾ ਜੀ ਜਾਂ ਇਹਦੇ ਲਈ ਤੁਸੀਂ ਸਕੂਲ ਸਕੂਲ ਜਿਹਾ ਕਾਲਜ ਦੇ ਵਿੱਚ ਆ ਕੇ ਇਹ ਸ਼ੁਰੂ ਕੀਤਾ ਜਾਂ ਕਿਉਂਕਿ ਜਦੋਂ ਦੂਦਰਸ਼ਨ ਦੇ ਉੱਪਰ ਇੱਕ ਐਂਕਰ ਜਿਸ ਤਰ੍ਹਾਂ ਇਹ ਹੈ ਕਿ ਸਾਨੂੰ ਤਾਂ ਕਈ ਵਾਰੀ ਇੱਥੇ ਇੰਟਰੋ ਸ਼ੁਰੂ ਕਰਨੀ ਵੀ ਔਖੀ ਹੋ ਜਾਂਦੀ ਹੈ ਪਰ ਤੁਸੀਂ ਇੰਨੀ ਲੰਮੀ ਜਦੋਂ ਪ੍ਰੋਗਰਾਮ ਲਸ਼ਕਾਰਾ ਅਸੀਂ ਦੇਖਦੇ ਹੁੰਦੇ ਸੀਗੇ ਜਦੋਂ ਤੁਹਾਡੀ ਵਾਰੀ ਆਉਂਦੀ ਸੀ ਤੇ ਮਤਲਬ ਤੁਸੀਂ ਇੰਟਰੋਡਿਊਸ ਕਰਨਾ ਹੁੰਦਾ ਸੀ ਨਵੇਂ ਸਿੰਗਰ ਨੂੰ ਜਾਂ ਕਿਸੇ ਨੂੰ ਵੀ ਤੇ ਤੁਸੀਂ ਇੱਕ ਸ਼ੇਅਰ ਜ਼ਰੂਰ ਤੁਹਾਡੇ ਨਾਲ ਦੀ ਨਾਲ ਆ ਜਾਂਦਾ ਹੁੰਦਾ ਸੀ ਤੇ ਇਹ ਕਿਸ ਤਰ੍ਹਾਂ ਰਿਹਾ ਜੀ ਸ਼ਾਇਰੀ ਨਾਲ ਕਿਸ ਤਰ੍ਹਾਂ ਜੁੜੇ ਉਸ ਤੋਂ ਬਾਅਦ ਤੁਸੀਂ ਇੱਕ ਬੁੱਕ ਵੀ ਤੁਸੀਂ ਲਿਖੀ ਹੁਣ ਵੀ ਅੱਗੇ ਵੀ ਸਾਹਿਤ ਦੇ ਨਾਲ ਜੁੜੇ ਹੋਏ ਸਾਹਿਤ ਦੇ ਨਾਲ ਸ਼ਾਇਰੀ ਦੇ ਨਾਲ ਕਿਸ ਤਰ੍ਹਾਂ ਜੁੜੇ ਜੀ ਅ ਮੈਨੂੰ ਵੈਸੇ ਸ਼ਾਇਰੀ ਦਾ ਸ਼ੁਰੂ ਤੋਂ ਸ਼ੌਕ ਸੀਗਾ ਮੈਂ ਬੜੀ ਛੋਟੀ ਹੁੰਦੀ ਆ ਲਿਖਦੀ ਸੀਗੀ ਮੈਨੂੰ ਕਿਉਂਕਿ ਮੈਂ ਹੌਸਟਲ 'ਚ ਰਹਿੰਦੀ ਸੀ ਤੇ ਮੈਨੂੰ ਆਪਣੇ ਮਾਪਿਓ ਤੋਂ ਦੂਰ ਰਹਿਣ ਦਾ ਵੀ ਬੜਾ ਦੁੱਖ ਲੱਗਦਾ ਸੀ ਫਿਰ ਮੈਂ ਜਦੋਂ ਆਲੇ ਦੁਆਲੇ ਚੀਜ਼ਾਂ ਦੇਖਦੀ ਸੀ ਤੇ ਮੈਨੂੰ ਬੜਾ ਦੁੱਖ ਦਿੰਦੀਆਂ ਸੀ ਫਿਰ ਮੈਂ ਹੌਲੀ ਹੌਲੀ ਲਿਖਣਾ ਸ਼ੁਰੂ ਕਰ ਦਿੱਤਾ ਉਹ ਬਾਅਦ ਵਿੱਚ ਤੁਹਾਨੂੰ ਮੈਨੂੰ ਪਤਾ ਲੱਗਾ ਵੀ ਇਹ ਕਵਿਤਾਵਾਂ ਨੇ ਬੜੇ ਛੋਟੇ ਹੁੰਦੇ ਮੈਨੂੰ ਇਹ ਸੀਗਾ ਕਿ ਮੈਨੂੰ ਲਿਖਣ ਦਾ ਬੜਾ ਸ਼ੌਕ ਹੈ ਅੱਜ ਵੀ ਮੈਂ ਜਰਨਲ ਰੂਜ਼ ਲਿਖਦੀ ਹਾਂ ਆਪਣੀ ਡਾਇਰੀ ਰੂਜ਼ ਲਿਖਦੀ ਹਾਂ ਉਹ ਲਿਖਣਾ ਕਦੋਂ ਕਵਿਤਾ ਬਣ ਗਿਆ ਮੈਨੂੰ ਆਪ ਨਹੀਂ ਪਤਾ ਲੱਗਾ ਸੋ ਮੈਨੂੰ ਲੱਗਦਾ ਮੈਂ ਤੇ ਕਵਿਤਾ ਦੋਵੇਂ ਇਕੱਠੇ ਹੀ ਜੀ ਕੁੜੀ ਦਾ ਨਾਮ ਨਹੀਂ ਹੈਗਾ ਕਵਿਤਾ ਕਵਿਤਾ ਪੋਇਟਰੀ ਨੂੰ ਕਹਿ ਰਹੀ ਹਾਂ ਸੋ ਉਹ ਮੈਨੂੰ ਲੱਗਦਾ ਕਿ ਅਸੀਂ ਦੋਨੋਂ ਇਕੱਠੇ ਜਵਾਨ ਹੋਏ ਆ ਫਿਰ ਹੌਲੀ ਹੌਲੀ ਮੈਨੂੰ ਮੇਰੇ ਟੀਚਰਸ ਮਿਲੇ ਜਦੋਂ ਮੈਂ ਕਾਲਜ ਗਈ ਤੇ ਉਹ ਉੱਥੇ ਕਿਤਾਬਾਂ ਉਹ ਛਾਪਦੀ ਹੈ ਨਾ ਮੈਗਜ਼ੀਨ ਛਾਪਦੀ ਕਾਲਜ ਦੀ ਉਹਦੇ ਵਿੱਚ ਮੇਰੀਆਂ ਕਵਿਤਾਵਾਂ ਛਪੀਆਂ ਤੇ ਮੇਰੇ ਟੀਚਰਸ ਨੇ ਮੈਨੂੰ ਬੜਾ ਗਾਈਡ ਕੀਤਾ ਫਿਰ ਉਹਦੇ ਵਿੱਚ ਮੈਂ ਥੋੜੀ ਹੋਰ ਪਰਿਪੱਕਤਾ ਕੀਤੀ ਫਿਰ ਹੌਲੀ ਹੌਲੀ ਸ਼ਾਇਰੀ ਜਿਹੜੀ ਸੀ ਉਹ ਮੈਨੂੰ ਫਿਰ ਪੜ੍ਹਨ ਦਾ ਵੀ ਬੜਾ ਸ਼ੌਕ ਸੀ ਮੈਂ ਕਵਿਤਾਵਾਂ ਯੂਥ ਫੈਸਟੀਵਲ ਦੇ ਉੱਤੇ ਮੇਰੀਆਂ ਬੜੀਆਂ ਪੌਪੂਲਰ ਹੁੰਦੀਆਂ ਸੀਗੀਆਂ ਫਿਰ ਉਹ ਵਿਦਾ ਜਿਹੜੀ ਉਹ ਮੇਰੇ ਅੰਦਰ ਹੀ ਮੈਨੂੰ ਲੱਗਦਾ ਕੁਝ ਚੀਜ਼ਾਂ ਤੁਹਾਨੂੰ ਕੁਦਰਤ ਦੇ ਕੇ ਭੇਜਦੀ ਹੈ ਮੈਨੂੰ ਲੱਗਦਾ ਕਿ ਸ਼ਾਇਰੀ ਮੈਨੂੰ ਦੇ ਕੇ ਭੇਜੀ ਉਹਨਾਂ ਨੇ ਜੀ ਕਿਉਂਕਿ ਮੈਂ ਅੱਜ ਸੋਚਦਾ ਸੀ ਕਿ ਮੈਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸ਼ੇਅਰ ਜ਼ਰੂਰ ਬੋਲੂਗਾ ਪਰ ਮੈਂ ਮੈਨੂੰ ਪਤਾ ਲੱਗੇ ਕਿ ਵਸਦਾ ਕੰਮ ਨਹੀਂ ਹੈ ਇਹ ਔਖਾ ਕੰਮ ਹੈ ਤੇ ਉਸ ਤੋਂ ਬਾਅਦ ਜੀ ਇੱਕ ਤੁਹਾਨੂੰ ਮਾਨਵੀ ਮਹਿਸੂਸ ਹੋਇਆ ਕਿ ਤੁਸੀਂ ਆਰਟ ਕਾਉਂਸਲ ਪਿਆਵਟ ਕਾਉਂਸਲ ਦੇ ਚੇਅਰਪਰਸਨ ਰਹੇ ਹੋ ਉਹ ਥੋੜਾ ਸਾਨੂੰ ਦੱਸੋ ਬਰੀਫ ਦੇ ਵਿੱਚ ਉਹ ਸਫ਼ਰ ਕਿਸ ਤਰ੍ਹਾਂ ਦਾ ਰਿਹਾ ਤੁਹਾਡਾ ਉਹ ਸਫ਼ਰ ਮੇਰਾ ਬੜਾ ਖਤਰਨਾਕ ਸੀ ਜੀ ਬਿਲਕੁਲ ਉਹ ਖਤਰਨਾਕ ਸੀ ਕਿਉਂਕਿ ਅ ਬੁੱਧੀਜੀਵੀ ਵਰਗ ਨੇ ਇੱਕ ਨੌਜਵਾਨ ਕੁੜੀ ਦਾ ਡਟ ਕੇ ਵਿਰੋਧ ਕੀਤਾ ਉਹਨਾਂ ਨੂੰ ਇਹ ਸ਼ਾਇਦ ਪੰਜਾਬ ਦੇ ਜਿਹੜੇ ਇੰਟੈਲੈਕਚੁਅਲ ਕਲਾਸ ਆਫ ਆਦਮੀਆਂ ਦੀ ਏ ਜਿਨ੍ਹਾਂ ਨੂੰ ਇਹ ਜਿਹੜੇ ਮੰਨਦੇ ਨੇ ਕਿ ਇੱਕ ਸੰਗਠਨ ਹੀ ਉਹਨਾਂ ਦਾ ਔਰ ਉਹਨਾਂ ਨੂੰ ਲੱਗਦਾ ਹੈ ਵੀ ਸਾਡੇ ਤੋਂ ਸਿਆਣਾ ਕੋਈ ਪੈਦਾ ਨਹੀਂ ਹੋ ਸਕਦਾ ਬਿਲਕੁਲ ਤੇ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਉਹ ਇਹ ਇੱਕ ਨੌਜਵਾਨ ਕੁੜੀ ਉਹ ਕਿਉਂਕਿ ਬਜ਼ੁਰਗਾਂ ਦੀ ਸੰਸਥਾ ਹੈ ਮੈਂ ਉਹਨੂੰ ਮੰਨਨੀ ਹੈ ਕਿ ਉਹ ਬਜ਼ੁਰਗਾਂ ਦੀ ਸੰਸਥਾ ਹੈ ਉੱਥੇ ਸਦਾ ਬਜ਼ੁਰਗ ਹੀ ਰਹੇ ਨੇ ਉੱਥੇ ਉਹ ਨੌਜਵਾਨਾਂ ਨੂੰ ਬਹੁਤਾ ਮਤਲਬ ਉਹ ਸਮਝਦੇ ਕੁਝ ਨਹੀਂ ਉਹਨਾਂ ਨੂੰ ਲੱਗਦਾ ਵੀ ਇਹਨਾਂ ਨੂੰ ਅਕਲ ਹੀ ਨਹੀਂ ਹੈ ਐਕਸੈਪਟ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਉਹਨਾਂ ਨੂੰ ਹੀ ਲੱਗਦਾ ਵੀ ਇਹਨਾਂ ਨੂੰ ਕਿੱਥੇ ਅਕਲ ਹੈ ਔਰ ਉਹਨਾਂ ਲਈ ਇਹ ਮੰਨਣਾ ਕਿ ਇੱਕ ਨੌਜਵਾਨ ਕੁੜੀ ਜੋ ਲੀਡ ਕਰ ਸਕਦੀ ਹੈ ਜੋ ਦਿਸ਼ਾ ਦੇ ਸਕਦੀ ਹੈ ਜਿਸ ਕੰਮ ਲਈ ਉਹ ਆਰਟ ਕੌਂਸਲ ਮੈਂ ਅੱਜ ਵੀ ਕਹਿੰਨੀ ਹੈ ਕਿ ਉਹ ਆਰਟ ਕੌਂਸਲ ਪੰਜਾਬ ਦੇ ਕਲਾਕਾਰਾਂ ਦਾ ਆਧਾਰ ਹੈ ਉਹਨਾਂ ਕਲਾਕਾਰਾਂ ਦਾ ਨਹੀਂ ਜਿਹੜੇ 10-10 ਲੱਖ ਰੁਪਏ ਲੈ ਕੇ ਕਮਰਸ਼ੀਅਲ ਕਲਾਕਾਰ ਨੇ ਉਹ ਉਹਨਾਂ ਕਲਾਕਾਰਾਂ ਦਾ ਆਧਾਰ ਹੈ ਜਿਨ੍ਹਾਂ ਨੇ ਕਲਾ ਨੂੰ ਸਾਂਭ ਕੇ ਰੱਖਿਆ ਹੋਇਆ ਪੰਜਾਬ ਦੇ ਲੋਕ ਗੀਤ ਮੈਂ ਹੁਣੇ ਇੱਕ ਪ੍ਰੋਗਰਾਮ ਕਰ ਰਹੀਆਂ ਰੇਡੀਓ ਤੇ ਤੁਸੀਂ ਮੰਨੋਗੇ ਮੈਂ ਲੋਕ ਨਾਚਾ ਤੇ ਕੰਮ ਕਰ ਰਹੀ ਹਾਂ ਤੇ ਮੈਨੂੰ ਗੂਗਲ ਤੇ ਜਾਂ YouTube ਤੇ ਕਿਸੇ ਇੱਕ ਬੰਦੇ ਦਾ ਬਾਇਓਗ੍ਰਾਫੀ ਨਹੀਂ ਮਿਲੀ ਮਤਲਬ ਚਾਹੇ ਉਹ ਮਤਲਬ ਨਾ ਨਰਾਮ ਹੋਣ ਜਿਨ੍ਹਾਂ ਨੇ ਪਹਿਲਾ ਢੋਲ ਪੰਜਾਬ ਚ ਆ ਕੇ ਵਜਾਇਆ ਚਾਹੇ ਉਹ ਭੋਖਰ ਸਿੰਘ ਸੀ ਜਿਨ੍ਹਾਂ ਨੇ ਝੂਮਰ ਆਜ਼ਾਦੀ ਤੋਂ ਬਾਅਦ ਸ਼ੁਰੂ ਕੀਤਾ ਮੇਰੀ ਮਤਲਬ ਪੰਮੀ ਬਾਈ ਜੀ ਦੇ ਨਾਲ ਹੋਰ ਭੋਲਾ ਕਲੈਰੀ ਉਹਨਾਂ ਨਾਲ ਮੈਨੂੰ ਮਤਲਬ 15 ਦਿਨ ਲੱਗੇ ਉਹਨਾਂ ਨਾਲ ਗੱਲ ਕਰਕੇ ਥੋੜਾ ਥੋੜਾ ਉਹਨਾਂ ਦੇ ਬਾਰੇ ਜਾਣਨ ਦਾ ਮੈਨੂੰ ਮੌਕਾ ਮਿਲਿਆ ਪਰ ਸਾਡੇ ਉਹ ਫਨਕਾਰ ਨੇ ਜਿਨ੍ਹਾਂ ਨੇ ਇਹ ਵਿਰਸਾ ਸੰਭਾਲ ਕੇ ਰੱਖਿਆ ਤੇ ਉਹਨਾਂ ਨੂੰ ਕੌਣ ਸੰਭਾਵੇਗਾ ਸਰਕਾਰਾਂ ਦੇ ਕੋਲ ਤੇ ਟਾਈਮ ਨਹੀਂ ਹੈ ਪਰ ادارے ਬਣੇ ਹੋਏ ਨੇ ਤੁਸੀਂ ਅਗਰ ਟੀਚਰਸ ਨੂੰ ਸੰਭਾਲਣਾ ਤੇ ਟੀਚਰ ਯੂਨੀਅਨ ਹੈ ਉਹਨਾਂ ਦਾ ਟੀਚਰਾਂ ਦਾ ਇੱਕ ਸੰਸਥਾ ਹੈ ਸੋ ਮੈਨੂੰ ਇਹ ਲੱਗਦਾ ਸੀਗਾ ਕਿ ਕਲਾਕਾਰਾਂ ਦਾ ਇੱਕ ਹੱਬ ਏ ਔਰ ਉਹਨੂੰ ਅਸੀਂ ਉਹਨਾਂ ਕਲਾਕਾਰਾਂ ਦੇ ਨਾਲ ਉਹ ਮੈਂ ਜ਼ਰੂਰ ਜੋੜ ਦਵਾਂ ਪਰ ਉਹਨਾਂ ਨੂੰ ਸਮਝ ਨਹੀਂ ਆਂਦੀ ਗੱਲ ਮਤਲਬ ਉਹਨਾਂ ਨੂੰ ਨਾ ਸਿਆਣੀ ਗੱਲ ਉਹਨਾਂ ਨੂੰ ਸਿਆਣੇ ਬੰਦਿਆਂ ਨੂੰ ਕੋਈ ਕਵੇ ਨਾ ਤੇ ਸਾਡੇ ਪੰਜਾਬ ਦੀਆਂ ਰਿਵਾਜ ਏ ਕਿ ਉਹ ਉਹਨੂੰ ਮੰਨਦੇ ਨਹੀਂ ਉਹ ਕਹਿੰਦੇ ਵੀ ਉਹ ਕਹਿੰਦੇ ਜੀ ਉਮਰ ਉਹ ਕਹਿੰਦੇ ਬਾਦਾਮ ਖਾਨ ਨਾ ਤੇ ਵਾਲ ਚਿੱਟੇ ਕਰਨ ਨਾਲ ਆਂਦੀ ਨਹੀਂ ਉਹ ਕਹਿੰਦੇ ਵੀ ਇਹ ਸਾਡੇ ਚਿੱਟੇ ਹੋ ਗਏ ਵੀ ਸਾਨੂੰ ਆ ਗਈ ਹੈ ਉਹ ਮੰਨੀ بیٹھے ਐ ਇਸ ਕਰਕੇ ਉਹ ਨਵੇਂ ਨੂੰ ਕਈ ਵਾਰੀ ਐਕਸੈਪਟ ਨਹੀਂ ਕਰਦੇ ਉਹਨਾਂ ਦਾ ਮਸਲਾ ਇਹ ਨਹੀਂ ਹੈ ਨਾ ਕਿ ਉਹਨਾਂ ਨੇ ਕੁਝ ਕਰਨਾ ਹੈ ਉਹ ਕਰਕੇ ਥੱਕ ਚੁੱਕੇ ਨੇ ਤੇ ਉਹਨਾਂ ਲਈ ਉਹ ਕੁਰਸੀਆਂ ਜਿਹੜੀਆਂ ਨੇ ਉਹਨਾਂ ਦਾ ਅਹਿਮ ਏਡਾ ਵੱਡਾ ਹੈ ਕਿ ਅਸੀਂ ਇਹ ਆ ਮੈਨੂੰ ਕੁਝ ਬੰਨਣਾ ਨਹੀਂ ਹੈ ਮੈਨੂੰ ਇੰਨੀ ਮੁਹੱਬਤ ਮੇਰੀ ਔਕਾਤ ਤੋਂ ਵੱਧ ਜ਼ਰੂਰਤ ਤੋਂ ਵੱਧ ਮੈਨੂੰ ਪੰਜਾਬੀਆਂ ਨੇ ਮੁਹੱਬਤ ਕੀਤੀ ਔਰ ਮੈਨੂੰ ਪਰਮਾਤਮਾ ਨੇ ਇੰਨਾ ਇੰਨਾ ਕੁਝ ਨਵਾਜ਼ਿਆ ਜ ਜਿਹਦੇ ਸ਼ਾਇਦ ਮੈਂ ਕਾਬਿਲ ਵੀ ਨਹੀਂ ਸੀ ਮੇਰਾ ਸਿਰਫ ਇੰਨਾ ਹੀ ਹੈ ਕਿ ਮੈਂ ਕੁਝ ਦੇਣਾ ਚਾਹਦੀ ਸਾਂ ਮੈਂ ਚਾਹਦੀ ਸਾਂ ਕਿ ਇੱਕ ਇੱਕ ਸੰਸਥਾ ਬਣ ਕੇ ਉਹਨਾਂ ਲੋਕਾਂ ਦੀ ਰੋਜ਼ੀ ਰੋਟੀ ਜਾਂ ਉਹਨਾਂ ਦਾ ਭੋਖ ਸਾਂਭਿਆ ਜਾਏ ਜਿਨ੍ਹਾਂ ਨੇ ਸਾਡੀਆਂ ਲੋਕ ਪਰੰਪਰਾਵਾਂ ਲੋਕ ਧਾਰਾਵਾਂ ਨੂੰ ਸਾਂਭਿਆ ਹੋਇਆ ਹੈ ਪਰ ਮੈਂ ਤੁਹਾਨੂੰ ਕਿਹਾ ਵੀ ਉਹਨਾਂ ਨੂੰ ਸਮਝ ਨਹੀਂ ਆਉਂਦੀ ਫਿਰ ਮੈਂ ਕਿਹਾ ਵੀ ਇਹਨਾਂ ਨਾਲ ਮੈਂ ਜੇ ਇਹਨਾਂ ਨੂੰ ਸਮਝਾਣ ਲੱਗੀ ਤੇ ਗੱਲ ਔਖੀ ਹੋ ਜਾਣੀ ਕੁਝ ਹੋਰ ਕਰ ਲੈਣੀ ਆ ਫਿਰ ਮੈਂ ਵਕੀਲ ਬਣ ਗਈ ਨਹੀਂ ਇਹ ਇਹ ਇੰਟਰਨੈਸ਼ਨਲ वूਮਨਡੇ ਦੇ ਤੇ ਅੱਜ ਔਰਤ ਦਿਵਸ ਦੇ ਉੱਪਰ ਇਹ ਮੈਂ ਤਾਂ ਇਹ ਮੇਰੇ ਲਈ ਮਤਲਬ ਚੰਗਾ ਮਤਲਬ ਸੁਭਾਗਾ ਦਿਨ ਹੈ ਕਿ ਮੈਂ ਇੱਕ ਸਟਰੋਂਗ ਔਰਤ ਦੇ ਨਾਲ ਅੱਜ ਮੈਂ ਗੱਲ ਕਰ ਰਹੀ ਆ ਤੇ ਤੁਸੀਂ ਕੋਵਿਡ ਦੇ ਇਦਾਂ ਲੱਗਦੇ ਜਿਦਾ ਕੋਵਿਡ ਤੁਹਾਨੂੰ ਰਾਸ ਵੀ ਆ ਗਿਆ ਹੁੰਦਾ ਵੀ ਤੁਹਾਡੀ ਜਿਹੜੀ ਲਾਅ ਦੀ ਇੱਥੇ ਅਪਗ੍ਰੇਡ ਤੁਸੀਂ ਅਪਗ੍ਰੇਡ ਕੀਤਾ ਉਹ ਹੋ ਗਿਆ ਅਗਰ ਮਤਲਬ ਨਾ ਇਦਾਂ ਦਾ ਸਮਾਂ ਸ਼ਾਇਦ ਤੁਸੀਂ ਬਿਜ਼ੀ ਇੰਨੇ ਸੀ ਸ਼ਾਇਦ ਨਾ ਸਮਾਂ ਮਿਲਦਾ ਸ਼ਾਇਦ ਨਾ ਕਰਦੇ ਕਿ ਇਹ ਇਹ ਕੈਨੇਡਾ ਕਦੋਂ ਆ ਕੇ ਤੁਸੀਂ ਇਹ ਸ਼ੁਰੂ ਕੀਤਾ ਜੀ ਮੈਂ ਵੈਸੇ ਆਈ ਤੇ ਪ੍ਰੋਗਰਾਮਾਂ ਦੇ ਲਈ ਸੀਗੀ ਇੱਥੇ ਲੇਕਿਨ ਬਾਈ ਚਾਂਸ ਹੀ ਲਾਕਡਾਊਨ ਹੋ ਗਿਆ ਉਦੋਂ ਕਿਸੇ ਨੇ ਵੀ ਨਹੀਂ ਸੀ ਸੋਚਿਆ ਜੋ ਜਿੱਥੇ ਸੀ ਉੱਥੇ ਹੀ ਮਤਲਬ ਜਿਹੜਾ ਇੰਡੀਆ ਸੀ ਉਹ ਇੰਡੀਆ ਰਹਿ ਗਿਆ ਜਿਹੜਾ ਇੰਗਲੈਂਡ ਸੀ ਉਹ ਇੰਗਲੈਂਡ ਰਹਿ ਮਤਲਬ ਜਿੱਥੇ ਜਿੱਥੇ ਉਹ ਕਹਿੰਦੇ ਨਹੀਂ ਸਾਡੇ ਕੋਰਟ ਦੀ ਪਾਸ਼ਾ ਚ ਲਾਉ ਦੀ ਕਹਿੰਦੇ ਸਟੇਟਸ ਕਿਉਂ ਵੀ ਉਹ ਸਟੇਟਸ ਕੋ ਹੋ ਗਿਆ ਵੀ ਜਿੱਥੇ ਜਿਵੇਂ ਖੜੇ ਹੋ ਨਾ ਸਟੇ ਹੋ ਗਿਆ ਜੀ ਤੇ ਉਹ ਮੈਨੂੰ ਲੱਗਾ ਕਿ ਹੁਣ ਕਰਨਾ ਕੀ ਇਹ ਜੀਵਨ ਦੇ ਵਿੱਚ ਦੋ ਹੀ ਚੀਜ਼ਾਂ ਹੁੰਦੀਆਂ ਨੇ ਮੈਂ ਇਹ ਮੰਨਦੀ ਹੁੰਨੀ ਆ ਕਿ ਜਦੋਂ ਜ਼ਿੰਦਗੀ ਚ ਕੋਈ ਨੁਕਸਾਨ ਹੋ ਗਿਆ ਤਾਂ ਹੋ ਗਿਆ ਹੁਣ ਇਹਦਾ ਰਿਪੇਅਰ ਕੀ ਡੈਮੇਜ ਹਾਸ ਬੀਨ ਡਨ ਲੇਕਿਨ ਹੁਣ ਇਹਦਾ ਆਪਾਂ ਪਰਪਾਈ ਕੀ ਕਰਨੀ ਤੇ ਮੈਨੂੰ ਲੱਗਾ ਵੀ ਹੁਣ ਇਸ ਸਮੇਂ ਨੂੰ ਕਿਉਂਕਿ ਮੈਂ ਜ਼ਿੰਦਗੀ 'ਚ ਕਦੀ ਵਿਹਲੀ ਬੈਠੀ ਨਹੀਂ ਆ ਮੈਨੂੰ ਲੱਗਦਾ ਕਿ ਜਿੰਨੀ ਦੇਰ ਤੱਕ ਮੈਂ ਸਾਰੇ ਦਿਨ 'ਚ ਕੋਈ ਕੰਮ ਨਾ ਕਰਾਂ ਤੇ ਮੈਨੂੰ ਲੱਗਦਾ ਸ਼ਾਮ ਨੂੰ ਪ੍ਰੋਡਕਟਿਵ ਦਿਨ ਨਹੀਂ ਤੇ ਮੇਰੇ ਕੋਲ ਇਸ ਧਰਤੀ ਤੇ ਦਿਨ ਬੜੇ ਥੋੜੇ ਨੇ ਜੀ ਮੈਂ ਤਾਂ ਆਪਾਂ ਨੂੰ ਕਿੰਨੇ ਕੋਈ 60 65 ਸਾਲ ਮਿਲਦੇ ਨੇ ਉਹਦੇ ਵਿੱਚੋਂ ਵੀ ਅਸੀਂ ਕਿੰਨੀਆਂ ਰਾਤਾਂ ਸੌਂ ਕੇ ਗਵਾ ਦਿੰਨੇ ਆ ਸੋ ਮੈਨੂੰ ਲੱਗਦਾ ਪਰਮਾਤਮਾ ਨੇ ਸਾਨੂੰ ਇੱਥੇ ਇੱਕ ਕੰਮ ਕਰਨ ਦੇ ਲਈ ਭੇਜਿਆ ਤੇ ਉਹਨੂੰ ਹਰ ਦਿਨ ਨੂੰ ਤੁਸੀਂ ਜਿਉਣਾ ਹੈ ਉਹ ਮਤਲਬ ਉਹ ਜੀ ਕੇ ਜਾਣਾ ਹੈ ਇਸ ਕਰਕੇ ਫਿਰ ਮੈਨੂੰ ਲੱਗਾ ਕਿ ਹੁਣ 2 3 4 ਮਹੀਨੇ ਤੱਕ ਕੁਝ ਨਹੀਂ ਹੋਣਾ ਸੋ ਪੜ੍ਹਾਈ ਦਾ ਮੈਨੂੰ ਸ਼ੁਰੂ ਤੋਂ ਹੀ ਸ਼ੌਕ ਸੀ ਕਿਤਾਬਾਂ ਨਾਲ ਮੈਨੂੰ ਔਰ ਮੈਨੂੰ ਐਜੂਕੇਸ਼ਨ ਦਾ ਬੜਾ ਸ਼ੌਕ ਸੀਗਾ ਫਿਰ ਮੈਨੂੰ ਲੱਗਾ ਕਿ ਮੈਂ ਆਪਣੇ ਫਾਦਰ ਸਾਹਿਬ ਦਾ ਇਹ ਵੀ ਸੁਪਨਾ ਹੁਣ ਪੂਰਾ ਨਾਲ ਲੱਗਦੇ ਆ ਕਰੀ ਦਵਾਂ ਮੈਨੂੰ ਮੈਨੂੰ ਐਸੇ ਇਨਾ ਉਹ ਨਹੀਂ ਲੱਗਾ ਮੈਂ ਤੇ ਬੜਾ ਆਸਾਨੀ ਨਾਲ ਕਰ ਲਿਆ ਲੋ ਤੇ ਤੁਹਾਨੂੰ ਇੱਥੋਂ ਦਾ ਐਜੂਕੇਸ਼ਨ ਸਿਸਟਮ ਬੜਾ ਵਧੀਆ ਲੱਗਿਆ ਓ ਮੈਨੂੰ ਇੱਥੇ ਇਨਾ ਚੰਗਾ ਲੱਗਾ ਦੇਖੋ ਤੁਹਾਡੇ ਦਿਮਾਗ ਨੂੰ ਖੋਲ ਦਿੰਦੇ ਨੇ ਸਾਡੇ ਕੀ ਹੈ ਕਿ ਸਾਡੇ ਨਾਲ ਉਹ ਮਤਲਬ ਜਿਹੜਾ এডਿਕੇਸ਼ਨ ਸਿਸਟਮ ਹੈ ਉਹ ਰੱਟਾ ਲਵਾਉਂਦਾ ਹੈ ਕਿ ਮਾਈ ਬੈਸਟ ਫਰੈਂਡ ਦਾ ਐਸੇ ਲਿਖਣਾ ਹੈ ਜੀ ਬੈਸਟ ਫਰੈਂਡ ساری ਉਮਰ ਉਹੀ ਰਹਣਾ ਹੈ ਮਤਲਬ ਸਾਨੂੰ ਤੁਹਾਨੂੰ ਮੈਨੂੰ ਸਭ ਨੂੰ ਯਾਦ ਹੈ ਬੈਸਟ ਫਰੈਂਡ ਉਹ ਤੁਹਾਨੂੰ ਸਮਝ ਨਹੀਂ ਦਿੰਦੇ ਜੀ ਇਸੇ ਕਰਕੇ ਤੁਸੀਂ ਦੇਖੋ ਸਾਡੇ ਉਥੇ ਐਮਏ ਐਮਐਡ ਪੀਐਚਟੀ ਕੀਤੇ ਹੋਏ ਵੀ ਲੋਕ ਸਮਝਦਾਰ ਨਹੀਂ ਹੋਣਗੇ ਬਿਲਕੁਲ এডਿਕੇਸ਼ਨ ਜਿਹੜੀ ਹੈ ਨਾ ਉਹ ਤੁਹਾਡਾ ਵਿਜ਼ਨ ਖੋਲਣੀ ਚਾਹੀਦੀ ਹੈ ਅਗਰ ਸਾਡੇ ਸਮਾਜ ਦੇ ਵਿੱਚ ਇਹ ਜਾਗਰੂਕਤਾ ਹੁੰਦੀ ਤੇ ਅੱਜ ਸਾਡਾ ਸੂਬਾ ਬਹੁਤ ਵਿਕਾਸ ਕਰਦਾ ਕਿਉਂਕਿ ਜਿੰਨੀ ਸਾਡੇ ਉਥੇ ਐਜੂਕੇਸ਼ਨ ਹੈ ਜਿੰਨੇ ਬੱਚੇ ਸਾਡੇ ਡਿਗਰੀਜ਼ ਲਿੰਦੇ ਨੇ ਤੇ ਉਹਦੇ ਨਾਲ ਐਜੂਕੇਸ਼ਨ ਉਹਨਾਂ ਦਾ ਦਿਮਾਗ ਕਿਉਂ ਨਹੀਂ ਖੁੱਲਿਆ ਸੋ ਇੱਥੇ ਕੀ ਹੈ ਕਿ ਜਦੋਂ ਤੁਹਾਨੂੰ ਪੜਾਉਂਦੇ ਨੇ ਤੁਹਾਡੇ ਦਿਮਾਗ ਦੇ ਜਿਹਨੂੰ ਕਹਿੰਦੇ ਕਪਾਟ ਖੋਲਦੇ ਨੇ ਜੀ ਉਹਨਾਂ ਨੇ ਜਦੋਂ ਲੋਕ ਕਰਾਇਆ ਤੇ ਉਹਨਾਂ ਨੇ ਇੱਕ ਇੱਕ ਸਾਨੂੰ ਇਦਾਂ ਨਹੀਂ ਕਰਾਇਆ ਵੀ ਇਦਾਂ ਹੁੰਦਾ ਇਦਾਂ ਹੁੰਦਾ ਉਹ ਕਹਿੰਦੇ ਵੀ ਬੰਦੇ ਨਾਲ ਇਦਾਂ ਹੋ ਗਿਆ ਦੇ ਸਿਚੁਏਸ਼ਨ 'ਚ ਦੱਸੋ ਤੁਸੀਂ ਕੀ ਕਰੋ ਉਹ پڑھਦੇ ਆ پڑھਦੇ ਤੁਹਾਨੂੰ ਇੰਨੀ ਕੋ ਵਕਾਲਤ ਸਿਖਾ ਦਿੰਦੇ ਨੇ ਕਿ ਮਤਲਬ ਉਸ ਤੋਂ ਬਾਅਦ ਤੁਹਾਨੂੰ ਲੱਗਦਾ ਵੀ ਉਹ ਹੁਣ ਤੁਸੀਂ ਕੋਈ ਵੀ ਬੰਦਾ ਆਂਦਾ ਹੋਏ ਤੁਸੀਂ ਉਹਨੂੰ ਸਲਾਹ ਦੇ ਦਿੰਦੇ ਹੋ ਵੀ ਇਹਨੂੰ ਇਦਾਂ ਕਰ ਲੈ ਕਿਉਂਕਿ ਉਹ ਤੁਹਾਡੀ ਇੱਕ ਵਿਜਨ ਇੱਕ ਮਸਲ ਜਿਹੜਾ ਲਾਅ ਦਾ ਉਹ ਬਿਲਡ ਕਰ ਦਿੰਦੇ ਨੇ ਮੈਨੂੰ ਬੜਾ ਖੂਬਸੂਰਤ ਮੈਨੂੰ ਲੱਗਾ ਇੱਥੋਂ ਦੇ ਜਿਹੜੇ ਬੱਚੇ ਐਜੂਕੇਸ਼ਨ ਲੈਂਦੇ ਨੇ ਉਹਨਾਂ ਦਾ ਉਹ ਕਿੰਨੇ ਵਿਜਨਰੀ ਔਰ ਤਾਂ ਮਤਲਬ ਇੰਨਾ ਜ਼ਿਆਦਾ ਉਹਨਾਂ ਦਾ ਗਲੋਬਲ ਵਿਜਨ ਹੁੰਦਾ ਮੈਂ ਇੱਕ ਪਿਛਲਾ ਸਵਾਲ ਜੋੜ ਦਵਾਂ ਜਦੋਂ ਅਸੀਂ ਅ ਐਂਟੀਨਾ ਘੁਮਾ ਕੇ ਜਲੰਧਰ ਦੂਰਦਰਸ਼ਨ ਦੇਖਦੇ ਹੁੰਦੇ ਸੀ ਕਿ ਅਸੀਂ ਤਾਂ ਇਹ ਸੈੱਟ ਕਰਦੇ ਸੀ ਕਿ ਵੀ ਅਸੀਂ ਦੇਖ ਲਈਏ ਪ੍ਰੋਗਰਾਮ ਲੰਘ ਨਾ ਜਾਵੇ ਪਰ ਇੱਕ ਤੁਹਾਡੇ ਨਾਲ ਕਿਸੇ ਹੈਗੇ ਰਹੇ ਤੁਸੀਂ ਐਂਟੀਨਾ ਘੁਮਾ ਦਿੰਦੇ ਕਿ ਸਾਨੂੰ ਘਰੇ ਨਾ ਕੋਈ ਦੇਖ ਲਵੇ ਮੈਂ ਜਦੋਂ ਟੀਵੀ ਚਾਹਦੀ ਸੀ ਮੈਨੂੰ ਸ਼ਰਮ ਬੜੀ ਆਉਂਦੀ ਸੀ ਕਿ ਮੇਰੇ ਘਰ ਖਾਦਨ ਵਾਲੇ ਵੇਖਣ ਨਾ ਮੈਨੂੰ ਸੋ ਮੇਰੇ ਫਾਦਰ ਸਾਹਿਬ ਨੂੰ ਮਤਲਬ ਉਹ ਦੁਬਈ ਸੀਗੇ ਜਦੋਂ ਮੈਂ ਪ੍ਰੋਗਰਾਮ ਕੀਤਾ ਤੇ ਉਹ ਜਦੋਂ ਆਏ ਤੇ ਸਾਨੂੰ ਡਰ ਲੱਗਦਾ ਸੀਗਾ ਕਿ ਘਰੇ ਗੁੱਸੇ ਨਾ ਹੋਣ ਸਾਡੇ ਘਰਾਂ ਚ ਅੱਜ ਵੀ ਅਸੀਂ ਡਰਦੇ ਆਂ ਮਾਪਿਓ ਕੋ ਉਹ ਫਿਰ ਮੈਂ ਐਂਟੀਨਾ ਕਮਾ ਦੇਣਾ ਵੀ ਪ੍ਰੋਗਰਾਮ ਨਾ ਕੋਈ ਮੈਂ ਉੱਥੇ ਵਕਨ ਨਾ ਬਿਵਾਹ ਕਰੂ ਕੋਈ ਮੇਰਾ ਪ੍ਰੋਗਰਾਮ ਨਾ ਦੇਖੇ ਜੀ ਫਿਰ ਹੌਲੀ ਹੌਲੀ ਮੇਰੇ ਮਾਸੀ ਜੀ ਉਹਨਾਂ ਨੇ ਸਾਰਿਆਂ ਨੂੰ ਨੰਨ ਦੱਸਿਆ ਫਿਰ ਮੇਰੇ ਫਾਦਰ ਸਾਹਿਬ ਇੱਕ ਦੋ ਪ੍ਰੋਗਰਾਮਾਂ ਤੇ ਨਾਲ ਗਏ ਜੀ ਫਿਰ ਉਹਨਾਂ ਨੂੰ ਬੜੇ ਰਿਸਪੈਕਟ ਸਾਰਿਆਂ ਨੇ ਦਿੱਤੀ ਫਿਰ ਉਹਨਾਂ ਨੂੰ ਲੱਗਾ ਨਹੀਂ ਬੜਾ ਅੱਛਾ ਇਹਦਾ ਫੀਲਡ ਜਿਹੜਾ ਬੜਾ ਡਿਫਰੈਂਟ ਹੈ ਤੇ ਉਹ ਤਾਂ ਸਮਾਂ ਬੜਾ ਪੁਰਾਣਾ ਸੀ ਜੀ ਮਤਲਬ ਕਈ ਪੁਰਾਣੇ ਕਈ ਸਾਲਾਂ ਦੀ ਗੱਲ ਹੋ ਗਈ ਉਹ ਤੇ ਹੁਣ ਤੁਸੀਂ ਕਿਦਾਂ ਦੇਖਦੇ ਹੋ ਕਿ ਹੁਣ ਪੰਜਾਬ ਦੇ ਵਿੱਚ ਉਸ ਡਿਵੈਲਪਮੈਂਟ ਆ ਗਈ ਹੈ ਜੀ ਕੁੜੀਆਂ ਨੂੰ ਆਜ਼ਾਦੀ ਹੈ ਹੁਣ ਮਤਲਬ ਸਾਰੇ ਪਾਸੇ ਹਰ ਕੰਮ ਦੇ ਵਿੱਚੋਂ ਜਾਣਾ ਚਾਹੁੰਦੀਆਂ ਜਿਸ ਤਰ੍ਹਾਂ ਟੀਵੀ ਦੇ ਵਿੱਚ ਹੁਣ ਤਾਂ ਇਸਮੂਲੀਤ ਹੋਣੀ ਵੀ ਸ਼ੁਰੂ ਹੋ ਗਈ ਕੁੜੀਆਂ ਬਹੁਤ ਸਾਰੀਆਂ ਜਿਹੜੀਆਂ ਟੀਵੀ ਦੇ ਉੱਪਰ ਆ ਗਈਆਂ ਤੇ ਜਿਸ ਤਰ੍ਹਾਂ ਮੀਡੀਆ ਦੇ ਵਿੱਚ ਵੀ ਪੰਜਾਬੀ ਮੀਡੀਆ ਦੇ ਵਿੱਚ ਬਹੁਤ ਸਾਰੀਆਂ ਕੁੜੀਆਂ ਕੰਮ ਕਰਨ ਲਾ ਸ਼ੁਰੂ ਕਰਦੀਆਂ ਪਰ ਤੁਸੀਂ ਕਿਦਾਂ ਦੇਖਦੇ ਹੋ ਜੀ ਹੁਣ ਵੀ ਇਹ ਹੁਣ ਡਿਵੈਲਪਮੈਂਟ ਹੋ ਗਈ ਹੈ ਜャ ਕੁੜੀਆਂ ਆਲਰੇਡੀ ਜਿੱਦਾਂ ਕਹਿੰਦੇ ਕੁੜੀਆਂ ਦੇ ਬਰਾਬਰ ਆ ਗਈਆਂ ਜਿਸ ਤਰ੍ਹਾਂ ਮੈਂ ਤੁਹਾਨੂੰ ਤੁਹਾਡਾ ਮੈਂ ਉਹ ਸ਼ਬਦ ਬਿੰਨ ਬੜਾ ਵਧੀਆ ਕਿ ਤੁਸੀਂ ਇਹ ਨਾ ਕਹੋ ਕਿ ਕੁੜੀਆਂ ਨੂੰ ਬਰਾਬਰ ਆਉਣਾ ਚਾਹੀਦਾ ਕੁੜੀਆਂ ਬਰਾਬਰ ਆ ਗਈਆਂ ਹੁਣ ਤੇ ਮੰਨਣਾ ਹੈ ਬਸ ਬਸ ਮੰਨਣਾ ਹੁਣ ਮੰਨਣ ਤੇ ਨਹੀਂ ਆ ਰਹੇ ਦੇਖੋ ਬਹੁਤ ਮੈਨੂੰ ਖੁਸ਼ੀ ਹੁੰਦੀ ਹੈ ਕਿਉਂਕਿ ਜਦੋਂ ਮੈਂ ਸ਼ੁਰੂ ਕੀਤਾ ਸੀਗਾ ਤੇ ਮਤਲਬ ਬਹੁਤ ਘੱਟ ਕੁੜੀਆਂ ਸਨ ਹੁਣ ਅੱਜ ਇੱਕ ਲੰਬੀ ਵੱਡੀ ਤਦਾਦ ਜਦੋਂ ਤੁਸੀਂ ਦੇਖਦੇ ਹੋ ਕਿ ਤੁਹਾਡੇ ਪਿੱਛੇ ਆ ਰਹੀ ਹੈ ਤੇ ਤੁਹਾਨੂੰ ਇਸ ਗੱਲ ਦਾ ਬੜਾ ਪ੍ਰਾਊਡ ਫੀਲ ਹੁੰਦਾ ਕਿ ਉਸ ਰਾਹ ਦੇ ਉੱਤੇ ਇੰਨੀਆਂ ਕੁੜੀਆਂ ਚੱਲ ਰਹੀਆਂ ਉਹ ਰਾਹ ਇੱਕ ਬਣ ਗਿਆ ਜੋ ਮੈਂ ਚਾਹਦੀ ਸੀ। ਜੀ। ਔਰ ਇਹ ਬਰਾਬਰਤਾ ਵਾਲੀ ਗੱਲ ਦੇਖੋ ਉਹਨਾਂ ਨੂੰ ਕਿਸੇ ਨੇ ਜਗ੍ਹਾ ਨਹੀਂ ਦਿੱਤੀ। ਅਸੀਂ ਆਪਣੀ ਜਗ੍ਹਾ ਆਪ ਬਣਾਈ ਆ ਬਿਲਕੁਲ। ਮੈਂ ਤੁਹਾਨੂੰ ਕਿਹਾ ਕਿ ਇਹ ਮਤਲਬ ਆਦਮੀ ਤੇ ਸਮਾਜ ਤੇ ਅੱਜ ਵੀ ਇਹ ਚਾਹੁੰਦਾ ਕਿ ਉਹ 100 ਸਾਲ ਪੁਰਾਣੀ ਔਰਤ ਹੋਵੇ। ਮਤਲਬ ਮੈਂ ਕਿਹਾ ਵੀ ਅੱਜ ਨਾ ਸਮਾਜ ਕੀ ਚੱਲ ਰਿਹਾ ਹੈ? ਕਨਫਿਊਜ਼ਡ ਕਨਫਿਊਜ਼ਨ ਹੋ ਗਈ। ਉਹ ਚਾਹੁੰਦੇ ਨੇ ਕਿ ਔਰਤ ਕਮਾਏ ਬਰਾਬਰ ਦੇ ਆਦਮੀ ਦੇ। ਬਿਲਕੁਲ। ਘਰ ਦੀ ਕਿਸ਼ਤ ਵੀ ਦੇਵੇ ਠੀਕ ਹੈ ਉਹ ਮਾਰਗੇਜ ਦੇ حساب ਵੀ ਪਾਵੇ ਉਹ ਬੱਚਿਆਂ ਦਾ ਪਾਲਣ ਪੋਸ਼ਣ ਵੀ ਕਰੇ ਜਿੱਥੇ ਪੈਸੇ ਚਾਹੀਦੇ ਨੇ ਤੇ ਉਹ ਆਪਣਾ ਪ੍ਰੋਵੀਡੈਂਟ ਫੰਡ ਜਾਂ ਜਿਹੜੇ ਸੇਵਿੰਗਸ ਨੇ ਉਹ ਪੜਾ ਕੇ ਲੇਕਿਨ ਉਹ ਘਰ ਦੇ ਵਿੱਚ ਜਦੋਂ ਆਵੇ ਨਾ ਉਹ 100 ਸਾਲ ਪੁਰਾਣੀ ਜਨਾਨੀ ਹੋਵੇ ਸਵੇਰੇ ਰੋਟੀ ਬਣਾਵੇ ਦੁਪਹਿਰੀ ਬਣਾਵੇ ਤੇ ਆਦਮੀ ਬੈਠਾ ਰਿਮੋਟ ਦੇ ਨਾਲ ਨਹੀਂ ਹੋ ਸਕਦਾ ਨਾ ਉਹ ਵੀ ਥੱਕ ਜਾਂਦੀ ਹੈ ਜੇ ਉਹ ਤੁਸੀਂ 8 ਘੰਟੇ 10 ਘੰਟੇ ਕੰਮ ਕਰਦੇ ਹੋ ਉਹ ਤੇ 12 14 ਘੰਟੇ ਕੰਮ ਕਰਦੀ ਉਹਨੇ ਬੱਚੇ ਵੀ ਸਾਂਭਣੇ ਨੇ ਉਹਨੇ ਆਪਣਾ ਪਰਿਵਾਰ ਵੀ ਦੇਖਣਾ ਬੜੀਆਂ ਸਾਰੀਆਂ ਕੁੜੀਆਂ ਸਿੰਗਲ ਵਿਮਨਸ ਜਿਹੜੀਆਂ ਨੇ ਉਹ ਉਹਨਾਂ ਦੇ ਮੁੰਡੇ ਨਹੀਂ ਸਾਂਭ ਰਹੇ ਕੁੜੀਆਂ ਸਾਂਭ ਰੀਆਂ ਨੇ ਆਪਣੇ ਮਾਪਿਓ ਨੂੰ ਬੜੀਆਂ ਸਾਰੀਆਂ ਕੁੜੀਆਂ ਨੇ ਜਿੰਨ ਜਿਹੜੀਆਂ ਆਪਣੇ ਘਰ ਚਲਾ ਰੀਆਂ ਨੇ ਆਪਣੇ ਮਾਪਿਓ ਨੂੰ ਸਾਂਭ ਰੀਆਂ ਨੇ ਔਰ ਇਹ ਸਮਾਜ ਜਿੰਨੀ ਦੇਰ ਤੱਕ ਮੈਂ ਤੁਹਾਨੂੰ ਕਿਹਾ ਕਿ ਪ੍ਰੋਬਲਮ ਕੀ ਹੋਗੀ ਹੈ ਕਿੱਥੇ ਔਰਤ ਕਹਿ ਰਹੀ ਹੈ ਕਿ ਮੈਂ ਮਤਲਬ ਆਦਮੀ ਨੂੰ ਪਿੱਛੇ ਛੱਡ ਦੇਣਾ ਜਾਂ ਉਹ ਨਹੀਂ ਲੈ ਉਹਨੂੰ ਤਾਂ ਚੰਗਾ ਲੱਗਦਾ ਕਿ ਆਦਮੀ ਉਹਦੇ ਬਰਬ ਆਦਮੀ ਇਹ ਮੰਨਣ ਨੂੰ ਤਿਆਰ ਨਹੀਂ ਕਿ ਮੇਰੀ ਮੇਰੇ ਬਰਾਬਰ ਹੈ ਤੁਹਾਨੂੰ ਐਕਸੈਪਟ ਕਰਨਾ ਪਏਗਾ ਕਿ ਔਰਤਾਂ ਦੀ ਜਗ੍ਹਾ ਬਰਾਬਰ ਦੀ ਹੈ ਉਹ ਹੁਣ ਤੁਹਾਡੇ ਤੇ ਇਸ ਕਰਕੇ ਨਹੀਂ ਤੁਹਾਨੂੰ ਤੁਹਾਡੇ ਤੁਹਾਡੇ ਬਰਾਬਰ ਹੋ ਰਹੀਆਂ ਕਿਉਂਕਿ ਉਹ ਫਾਈਨੈਂਸ਼ੀਅਲੀ ਡਿਪੈਂਡੈਂਟ ਨੇ ਉਹਨਾਂ ਕੋਲ ਘਰ ਨਹੀਂ ਹੈ ਉਹ ਲੈ ਸਕਦੀਆਂ ਨੇ ਘਰ ਉਹ ਆਪਣੇ ਬੱਚੇ ਨਹੀਂ ਪਾਲ ਰਹੀਆਂ ਨੇ ਬੱਚੇ ਉਹ ਤੁਹਾਡੇ ਤੋਂ ਬਿਨਾਂ ਵੀ ਪਾਲ ਰਹੀਆਂ ਨੇ ਉਹ ਬੱਚੇ ਉਹ ਆਪ ਰਹਿ ਰਹੀਆਂ ਨੇ ਉਹਨਾਂ ਨੂੰ ਇੱਜ਼ਤ ਦਿਓ ਉਹਨਾਂ ਨੂੰ ਮੁਹੱਬਤ ਦਿਓ ਔਰਤ ਹੋਰ ਕੁਝ ਨਹੀਂ ਮੰਗਦੀ ਉਹਨੂੰ ਇਹ ਹੈ ਕਿ ਇੱਕ ਰਿਸਪੈਕਟ ਜੇ ਉਹ ਵੀ ਥੱਕ ਕੇ ਆਈ ਹੈ ਤੇ ਇਹ ਇਹ ਮੈਨੂੰ ਲੱਗਦਾ ਹੈ ਕਿ ਸਾਡਾ ਫਰਜ਼ ਬੰਦ ਹੈ ਕਿ ਇੱਕ ਇੱਕ ਸਾਨੂੰ ਇਹ এনवायरमेंट ਆਪਣੇ ਮੁੰਡਿਆਂ ਦੇ ਵਿੱਚ ਕ੍ਰੀਏਟ ਕਰਨਾ ਪਏਗਾ ਕਿ ਦੇਖੋ ਉਹ ਵੀ ਵਿਚਾਰੀ ਥੱਕ ਕੇ ਆਈ ਹੈ ਜੇ ਤੂੰ 2 ਮਿੰਟ ਉੱਠ ਕੇ ਚਾਹ ਬਣਾ ਲੇਗਾ ਤਾਂ ਕੋਈ ਫਰਕ ਨਹੀਂ ਪੈਂਦਾ ਹੈਗਾ ਉਹ ਵੀ ਕਰ ਦੇ ਮੈਨੂੰ ਲੱਗਦਾ ਜਿਹੜੀ ਦੇਖੋ ਦੋ ਜਨੇ ਅਗਰ ਬਰਾਬਰ ਤੇ ਆਪਣੇ ਆਪ ਨੂੰ ਅੰਡਰਸਟੈਂਡ ਕਰ ਲੈਣ ਕਿ ਓਕੇ ਕਹਿੰਦੇ ਵੀ ਮੈਨੇ ਕਹੀ ਤੂੰ ਨੇ ਮਾਨੀ ਔਰ ਸਭ ਕਹੇ ਕਿ ਦੋਨੋਂ ਬ੍ਰह्मज्ञानी ਉਹ ਮੇਰੇ ਮੰਮੀ ਕਹਿੰਦੇ ਹੁੰਦੇ ਨੇ ਇਹ ਗੱਲ ਤੇ ਮੈਨੂੰ ਲੱਗਦਾ ਕਿ ਸਿਰਫ ਇੰਨੀ ਕੁ ਗੱਲ ਹੈ ਕਿ ਇੱਕ ਦੂਜੇ ਨੂੰ ਸਮਝ ਕੇ ਆਪਣਾ ਪਰਿਵਾਰ ਕਿਵੇਂ ਚਲਾਣਾ ਹੈ ਇਹ ਤੁਸੀਂ ਸਮਝ ਸਕਦੇ ਹੋ ਤੇ ਮੈਨੂੰ ਲੱਗਦਾ ਸਮਾਜ ਬਿਹਤਰ ਹੋ ਸਕਦਾ ਹੈ ਦੂਸਰੀ ਗੱਲ ਹੈ ਕਿ ਸਮਾਜ ਦੇ ਵਿੱਚ ਕੁੜੀਆਂ ਦਾ ਰੋਲ ਬਹੁਤ ਵੱਡਾ ਹੋ ਰਿਹਾ ਔਰ ਅਗਰ ਮਤਲਬ ਉਹਨਾਂ ਨੂੰ ਉਹਨਾਂ ਨੇ ਆਪਣੀ ਥਾਂ ਬਣਾ ਲਈ ਔਰ ਜਿਸ ਸਪੀਡ ਚ ਔਰਤਾ ਜਾ ਰਹੀਆਂ ਨੇ ਅਗਰ ਤੁਸੀਂ ਉਹਨਾਂ ਨੂੰ ਰਿਸਪੈਕਟ ਔਰ ਉਹਨਾਂ ਦਾ ਸਾਥ ਨਹੀਂ ਦੋਗੇ ਔਰ ਉਹਨਾਂ ਉਹਨਾਂ ਨੂੰ ਡੀਗ੍ਰੇਡ ਕਰਨਾ ਨਹੀਂ ਛੱਡੋਗੇ ਤੇ ਬਹੁਤ ਜਲਦੀ ਔਰਤਾਂ ਦਾ ਰਾਜ਼ ਹੋਏਗਾ ਜੀ ਤੇ ਅੱਜ ਕੱਲ ਇੱਕ ਉਹ ਤਾਂ ਚਲੋ ਠੀਕ ਸੀ ਆ ਕਿ ਦੂਰਦਰਸ਼ਨ ਤੇ ਸਤਿੰਦਰ ਸੱਤੀ ਨੂੰ ਲੋਕ ਦੇਖ ਲੈਂਦੇ ਸੀ ਜਾਂ ਪ੍ਰੋਗਰਾਮ ਪਤਾ ਦੀ ਲਸ਼ਕਾਰਾ ਤੁਹਾਡੀ ਸ਼ਾਇਰੀ ਜਿਹੜਾ ਕੋਈ ਤੁਹਾਡੀ ਸ਼ਾਇਰੀ ਸੁਣਨਾ ਚਾਹੁੰਦਾ ਹੈ ਜਾਂ ਤੁਹਾਨੂੰ ਪ੍ਰੋਗਰਾਮ ਤੁਹਾਨੂੰ ਪਸੰਦ ਕਰਦਾ ਹੈ ਕਈਆਂ ਤੁਸੀਂ ਰੋਲ ਮਾਡਲ ਵੀ ਕਈਆਂ ਦੇ ਹੋ ਤੇ ਜਿਸ ਤਰ੍ਹਾਂ ਮੈਂ ਦੇਖ ਵੀ ਰਿਹਾ ਸੀਗਾ ਸੋਸ਼ਲ ਮੀਡੀਆ ਤੁਹਾਡੇ ਨਾਲ ਬਹੁਤ ਸਾਰੇ ਲੋਕ ਜੁੜੇ ਹੋਏ ਆ ਤੇ ਅੱਜ ਕੱਲ ਤੁਸੀਂ ਇੱਕ YouTube ਤੇ ਚੈਨਲ ਵੀ ਹੈ ਉੱਥੇ ਕੀ ਹੋ ਰਿਹਾ ਜੀ ਅੱਜ ਕੱਲ YouTube ਤੇ ਕਿਹੜਾ ਚੈਨਲ ਹੈ ਉਹ ਵੀ ਸਾਨੂੰ ਦੱਸੋਗੇ ਬਹੁਤ ਜਾਣਦੇ ਵੀ ਨਹੀਂ ਪਰ ਅਜੇ ਜਿਹੜੇ ਲੋਕ ਤੁਹਾਡੀ ਇਹਨਾਂ ਗੱਲਾਂ ਨੂੰ ਸੁਣ ਕੇ ਤੁਹਾਡੇ ਨਾਲ ਕੰਟੀਨਿਊ ਜੁੜਨਾ ਵੀ ਚਾਹੁੰਦੇ ਹੋਣਗੇ ਮਸੂਲ ਬਲੌਗਸ ਦੇ ਨਾਮ ਨਾਲ ਸਤਿੰਦਰ ਸੱਤੀ ਦੇ ਨਾਮ ਤੋਂ ਇਹ ਚੈਨਲ ਹੈ YouTube ਚੈਨਲ ਸੋਲ ਬਲੌਗਸ ਮੈਂ ਸ਼ੁਰੂ ਕੀਤੇ ਸਨ ਉਹ ਮੈਨੂੰ ਲੱਗਦਾ ਸੀਗਾ ਕਿ ਮੈਂ ਇੰਨਾ ਪੜਦੀ ਆ ਤੇ ਮੈਂ ਜਿੰਨੀ ਕੁ ਮੈਨੂੰ ਸਮਝ ਆ ਮੈਂ ਲੋਕਾਂ ਦੇ ਨਾਲ ਸ਼ੇਅਰ ਕਰਾਂ ਉਹ ਵੀਡੀਓਜ਼ ਬੜੇ ਵਾਇਰਲ ਹੋਏ ਬੜਾ ਲੋਕਾਂ ਨੇ ਉਹਨੂੰ ਮੁਹੱਬਤ ਦਿੱਤੀ ਉਹ ਇਨਸਪੀਰੇਸ਼ਨਲ ਵੀਡੀਓਜ਼ ਸੋ ਉਹਦੇ ਨਾਲ ਬੜੇ ਵੱਡੀ ਤਦਾਦ ਚ ਮੇਰੇ ਨਾਲ ਲੋਕ ਜੁੜੇ ਨੇ ਔਰ ਮੈਨੂੰ ਇਹ ਗੱਲ ਦੀ ਸਮਝ ਆ ਗਈ ਕਿ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਪਰੇਸ਼ਾਨ ਨੇ ਉਹਦਾ ਕਾਰਨ ਇਹ ਹੈ ਕਿ ਸਾਡੇ ਕੋਲ ਕਲੈਰਿਟੀ ਆਫ ਲਾਈਫ ਨਹੀਂ ਹੈ ਸਾਨੂੰ ਜ਼ਿੰਦਗੀ ਦਾ ਇਹ ਪਤਾ ਨਹੀਂ ਵੀ ਅਸੀਂ ਕਰਨਾ ਕੀ ਹੈ ਜ਼ਿੰਦਗੀ ਦੇ ਵਿੱਚ ਜਦੋਂ ਤੁਹਾਡੇ ਕੋਲ ਕੋਈ ਗੋਲ ਹੋਵੇ ਸਾਡੇ ਨਾ ਐਕਚੁਅਲੀ ਸਾਨੂੰ ਸਾਡੇ ਬੱਚਿਆਂ ਨੂੰ ਸਿਖਾਇਆ ਹੀ ਨਹੀਂ ਜਾਂਦਾ ਗੋਲ ओरिएंटेड ਉਹਨਾਂ ਨੂੰ ਇਹ ਦੱਸਿਆ ਜਾਂਦਾ ਤੁਸੀਂ ਫਰਸਟ ਆਣਾ ਪੰਪੀਟਿਟਿਵ ਬਣਾ ਦਿੰਦੇ ਨੇ ਅਸੀਂ ਬਿਲਕੁਲ ਜੀ ਕਿ ਫਰਸਟ ਆਓ ਫਰਸਟ ਆ ਕੇ ਉਸ ਤੋਂ ਬਾਅਦ ਤੁਸੀਂ ਆਪਣਾ ਆਪਣਾ ਕੋਈ ਵਧੀਆ ਜੌਬ ਕਰੋ ਅਮੀਰ ਬਣੋ ਤੁਸੀਂ ਉਹਨਾਂ ਨੂੰ ਬੇਸਿਕ ਸੰਸਕਾਰ ਦੇਨੇ ਭੁੱਲ ਗਏ ਹੋ ਕਿ ਉਹਨਾਂ ਨੂੰ ਚੰਗੇ ਇਨਸਾਨ ਕਿਵੇਂ ਬਣਾਣਾ ਸੀ ਉਹ ਇੱਕ ਦੂਜੇ ਦੀ ਇੱਕ ਦੂਜੇ ਦਾ ਦਰਦ ਕਿਵੇਂ ਸਮਝਣਗੇ ਔਰ ਉਹਨਾਂ ਨੂੰ ਟੀਮ ਸਪਿਰਟ ਕਿਵੇਂ ਆਏਗੀ ਇੱਕ ਦੂਜੇ ਨੂੰ ਨਾਲ ਲੈ ਕੇ ਕਿਵੇਂ ਚੱਲਣਾ ਸਮਾਜ ਤੇ ਤਾਂ ਹੀ ਬਿਹਤਰ ਹੋਏਗਾ ਨਾ ਜੇ ਤੁਸੀਂ ਇਕੱਲਾ ਇਕੱਲਾ ਸਭ ਨੂੰ ਕਰ ਦੇਵੋਗੇ ਸੋ ਮੈਂ ਉਸ YouTube ਦੇ ذریعے ਕੋਸ਼ਿਸ਼ ਇਹੀ ਕਰਦੀ ਆਂ कि ਜਿੰਨੀਆਂ ਵੀ ਥੋੜੀਆਂ ਜੀਆਂ ਮੈਨੂੰ ਸਮਝੇ ਜ਼ਿੰਦਗੀ ਦੀ ਔਰ ਜੋ ਮੈਂ ਆਪਣੀ ਜ਼ਿੰਦਗੀ ਨਾਲ ਕੀਤਾ ਮੈਂ ਆਪਣੇ ਤਜਰਬੇ ਦੇ ਆਧਾਰ ਤੇ ਹਮੇਸ਼ਾ ਕਹਿੰਨੀ ਆ ਵੀ ਮੈਂ ਕਹਿੰਨੀ ਆ ਉਹ ਮੈਂ ਲੋਕਾਂ ਨਾਲ ਸ਼ੇਅਰ ਕਰਦੀ ਆ ਲੋਕਾਂ ਨੂੰ ਚੰਗਾ ਲੱਗਦਾ ਤੇ ਇੱਕ ਜੀ ਤੁਸੀਂ ਐਨ ਜੀਓ ਵੀ ਚਲਾਉਂਦੇ ਹੋ ਹਾਂਜੀ ਉਹ ਐਨ ਜੀਓ ਦਾ ਕੀ ਕੰਮ ਹੈ ਜੀ ਤੇ ਉਹਦਾ ਨਾਮ ਕੀ ਹੈ ਕਿਸ ਤਰ੍ਹਾਂ ਦੋ ਸ਼ੈਲਟਰਸ ਦੇ ਨਾਮ ਤੋਂ ਐਨ ਜੀਓ ਹੈ ਔਰ ਉਹਦੇ ਚ ਅਸੀਂ ਬੱਚਿਆਂ ਨੂੰ ਪੜ੍ਹਾਉਂਦੇ ਆ ਐਜੂਕੇਸ਼ਨ ਦੇ ਨਾਲ ਮੈਂ ਕੁੜੀਆਂ ਜੜੀਆਂ ਨੇ ਉਹਨਾਂ ਨੂੰ ਅਸੀਂ ਸੈਲਫ এমਪਲoyed ਕਰਦੇ ਆ ਸਕਿਲਸ ਖਾਣੇ ਆ ਮਤਲਬ ਜਿਦਾ ਅਗਰ ਕਿਸੇ ਨੇ ਫੈਸ਼ਨ ਡਿਜ਼ਾਈਨਿੰਗ ਕਰਨੀ ਹੈ ਸੋਸ਼ਲ ਮੀਡੀਆ ਮੈਨੇਜਮੈਂਟ ਕੋਰਸਸ ਕਰਨੇ ਨੇ ਫੋਟੋਗ੍ਰਾਫੀ ਸਿੱਖਣੀ ਹੈ ਸੋ ਕੁੜੀਆਂ ਮੁੰਡੇ ਆਪਣੇ ਪੈਰਾਂ ਤੇ ਖੜੇ ਹੋਣ ਤੇ ਉਹਦੇ ਲਈ ਉਹਨਾਂ ਨੂੰ ਹੱਥੀਂ ਕੰਮ ਕਰਾਣਾ ਉਹਨਾਂ ਨੂੰ ਕੋਈ ਇਹੋ ਜਿਹਾ ਕੰਮ ਦੇਣਾ ਜਿਹਦੇ ਨਾਲ ਉਹ ਮਤਲਬ ਉਹ ਆਪਣੀ ਰੋਜ਼ੀ ਆਪ ਕਮਾ ਸਕਣ ਉਹੀ ਮੇਰਾ ਮਕਸਦ ਹੈ ਤੇ ਉਹਦੇ ਨਾਲ ਅਗਰ ਕਿਸੇ ਨੇ ਜੁੜਨਾ ਵੀ ਹੋਏ ਤਾਂ ਕਿਸ ਤਰ੍ਹਾਂ ਉਹ ਆਨਲਾਈਨ ਸਰਚ ਕਰਕੇ ਜੁੜ ਸਕੋ ਹਾਂਜੀ ਇੰਸਟਾਗ੍ਰam ਤੇ ਉਹਦਾ ਪੇਜ ਹੈ ਦੋ ਸ਼ੈਲਟਸ ਦੇ ਨਾਮ ਤੋਂ ਉਹਦੇ ਨਾਲ ਜੁੜ ਸਕਦਾ ਜੀ ਤੇ ਅਖੀਰ ਦੇ ਵਿੱਚ ਜੀ ਔਮਨ ਡੇਸ ਦੇ ਉੱਪਰ ਕੀ ਕਹਿਣਾ ਚਾਹੁੰਗੇ ਜੀ ਮੈਂ ਬਸ ਇਹੀ ਕਹਿਣਾ ਚਾਹਨੀ ਹੈ ਕਿ ਔਰਤਾਂ ਦੇ ਅੰਦਰ ਬਹੁਤ ਪੋਸਿਬਿਲਟੀ ਹੈ ਤੁਸੀਂ ਜੇ ਸੁਪਨੇ ਵੇਖੇ ਨੇ ਤੇ ਆਪਣੇ ਸੁਪਨੇ ਜ਼ਰੂਰ ਪੂਰੇ ਕਰੋ ਔਰ ਜਿੰਨੇ ਵੀ ਉਹਨਾਂ ਦੇ ਆਲੇ ਦੁਆਲੇ ਉਹਨਾਂ ਦੇ ਮਾਪਿਓ ਨੇ ਉਹਨਾਂ ਦੇ ਭੈਣ ਭਰਾ ਨੇ ਉਹਨਾਂ ਦੇ ਨਾਲ ਚੁਗਿਰਦੇ 'ਚ ਜਿੰਨੇ ਵੀ ਲੋਕ ਨੇ ਅਗਰ ਤੁਹਾਡੇ ਆਲੇ ਦੁਆਲੇ 'ਚ ਕੋਈ ਇਹੋ ਜਿਹੀ ਕੁੜੀ ਹੈ ਜਿਹੜੇ ਜਿਹਦੇ ਅੰਦਰ ਜ਼ਿੰਦਗੀ ਨੂੰ ਭਰਪੂਰ ਜੀਣ ਦੀ ਤਮੰਨਾ ਹੈ ਤਾਂ ਉਸ ਨੂੰ ਖੰਭ ਦਿਓ ਉਹਨੂੰ ਉੱਡਣ ਦੇ ਲਈ ਅਸਮਾਨ ਦਿਓ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਤੁਹਾਡੇ ਸਿਰ ਦਾ ਤਾਜ ਬਣੇ ਤੁਹਾਡਾ ਮਾਣ ਬਣੇ ਔਰ ਆਪਣੇ ਦੇਸ਼ ਦਾ ਤੇ ਆਪਣੇ ਕਮਿਊਨਿਟੀ ਦਾ ਨਾਮ ਰੌਸ਼ਨ ਕਰੇ ਥੈਂਕ ਯੂ ਥੈਂਕ ਯੂ ਬਹੁਤ ਬਸ ਥੈਂਕ ਯੂ